ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਰੀ ਗੁੱਡ ਈਵਨਿੰਗ ਇਨ ਮਾਈ ਫੇਸਬੁੱਕ ਲਾਈਵ ਸੈਸ਼ਨ। ਸੋ ਵਾਅਦੇ ਮੁਤਾਬਕ ਅੱਜ ਫਿਰ ਮੰਡੇ ਲਾਈਵ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹਾਂ, ਲੈ ਕੇ ਯੂਨੀਕ ਟੋਪਿਕ ਫੋਰ ਨਰਸਿਸ ਪ੍ਰੋਫਾਈਲ ਕੈਂਡੀਡੇਟਸ ਹੂ ਕੈਨ ਸੈਟਲ ਇਨ ਆਸਟ੍ਰੇਲੀਆ ਵਿਦ ਇਨ 1.5 ਈਅਰ। ਹੁਣ ਇਸ ਗੱਲ ਤੋਂ ਬਾਅਦ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ ਕਿ ਰਾਹੀ ਇਹ ਕਿਹੜੀਆਂ ਗੱਲਾਂ ਕਰ ਰਿਹਾ, ਅੱਜ ਡੇਢ ਸਾਲ ਦੇ ਵਿੱਚ ਕਿਵੇਂ ਨਰਸ ਆਸਟ੍ਰੇਲੀਆ 'ਚ ਸੈਟਲ ਹੋ ਸਕਦੀ, ਕਿਵੇਂ PR ਹੋ ਸਕਦੀ। ਬੜਾ ਯੂਨੀਕ ਪ੍ਰੋਗਰਾਮ ਦੀ ਮੈਂ ਸ਼ੁਰੂਆਤ ਕੀਤੀ ਸੀ, ਦੇਖਿਆ ਵੀ ਵਿੱਚ ਮੈਸੇਜ ਵਿੱਚ ਇਹੋ ਪਾਇਆ ਗਿਆ ਕਿ ਯੂਨੀਕ ਪ੍ਰੋਗਰਾਮ ਫੋਰ ਨਰਸਿੰਗ ਪ੍ਰੋਫਾਈਲ ਸਟੂਡੈਂਟਸ। ਸੋ 2 ਮਿੰਟ ਮੈਂ ਵੇਟ ਕਰਨਾ ਤਾਂ ਕਿ ਹੋਰ ਲੋਕ ਨਾਲ ਲਾਈਵ ਜੁੜ ਜਾਣ। ਤੁਸੀਂ ਆਪਣੇ ਦੋਸਤਾਂ ਤੱਕ ਵੀਡੀਓ ਸ਼ੇਅਰ ਕਰ ਦਿਓ, ਜਿਹੜੀਆਂ GNM ਵਾਲੇ ਸਟੂਡੈਂਟ ਨੇ, ਲੜਕੀ ਹੈ ਜਾਂ ਲੜਕਾ ਹੈ, BSc ਨਰਸਿੰਗ ਵਾਲੀ ਪ੍ਰੋਫਾਈਲ ਵਾਲਾ ਕੋਈ ਸਟੂਡੈਂਟ ਹੈ, ਚਾਹੇ ਲੜਕੀ ਹੈ ਜਾਂ ਲੜਕਾ ਹੈ, ਉਹ ਸਾਰੇ ਜਣੇ ਆਸਟ੍ਰੇਲੀਆ ਵਿੱਚ ਜੋ ਯੂਨੀਕ ਪ੍ਰੋਗਰਾਮ RS ਗੋਬਲ ਲੈ ਕੇ ਆਇਆ ਹੈ, ਉਹਦੇ ਬਾਅਦ 1 ਸਾਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਆਪਣੀ PR ਅਪਲਾਈ ਕਰ ਸਕਦੇ ਨੇ। ਕਿਵੇਂ ਅੱਜ ਦੇ ਲਾਈਵ ਸੈਸ਼ਨ ਸਾਰੇ ਜਾਣਕਾਰੀ ਲੈਣਗੇ, ਐਂਡ ਤੁਸੀਂ ਅੱਗੇ ਆਪਣੇ ਫਰੈਂਡਸ ਤੱਕ ਉਹ ਸਾਰੀ ਜਾਣਕਾਰੀ ਇਨਫੋਰਮੇਸ਼ਨ ਸ਼ੇਅਰ ਵੀ ਕਰ ਦਿਓ। ਐਂਡ ਉਸ ਤੋਂ ਬਾਅਦ ਨੈਕਸਟ ਟੋਪਿਕ ਰਹੇਗਾ ਸਾਡਾ ਸਪਟੰਬਰ ਇਨਟੇਕ ਕੈਨੇਡਾ, ਸਟਿਲ ਅਵੇਲੇਬਲ ਫੋਰ ਦੋ ਸਟੂਡੈਂਟਸ ਜਿਹੜੇ ਹਾਲੇ ਵੀ ਸਪਤੰਬਰ ਇਨਟੇਕ ਵਿੱਚ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ। ਟੋਰੋਂਟੋ, ਬਰੈਂਪਟਨ ਦੇ ਵਿੱਚ ਸਾਡੇ ਕੋਲ, ਔਰ ਮਿਸੀਸਾਗਾ ਦੇ ਵਿੱਚ, ਹੈਮਿਲਟਨ ਦੇ ਵਿੱਚ, ਔਰ ਕਿਊਬਿਕ ਦੇ ਵਿੱਚ ਸੀਟਸ ਅਵੇਲੇਬਲ ਹੈ। ਬਟ ਕਿਊਬਿਕ ਵਿੱਚ ਪ੍ਰੋਬਲਮ ਇਹ ਹੋਏਗੀ ਕਿ CA ਕੋਈ ਲੈਟਰ ਆਉਣ ਨੂੰ 4 ਤੋਂ 6 ਵੀਕ ਲੱਗ ਜਾਂਦੇ ਨੇ। ਸੋ ਕਿਊਬਿਕ 'ਚ ਸਪਟੰਬਰ ਇਨਟੇਕ ਦੀ ਔਫਰ ਤਾਂ ਜਾਰੀ ਹੋ ਜਾਏਗੀ, ਜੇ ਕਿਸੇ ਬੱਚੇ ਦਾ ਪਹਿਲਾਂ ਰਿਫਿਊਜ਼ ਹੋ ਚੁੱਕਾ ਕਿਊਬਿਕ ਤੋਂ, ਉਹਦੇ ਕੋਲ CA ਕੋਈ ਲੈਟਰ ਪਿਆ, ਕਿਉਂਕਿ 2 ਅਕੈਡਮਿਕ ਸੈਸ਼ਨ ਵਿੱਚ ਉਹ ਮਤਲਬ ਲਗਭਗ 1 ਸਾਲ ਤੱਕ ਵੈਲਿਡ ਹੁੰਦਾ। ਸੋ ਅਗਰ CA ਕੋਈ ਲੈਟਰ ਕਿਸੇ ਬੱਚੇ ਕੋਲ ਹੈ ਔਲਰੇਡੀ ਕਿਊਬਿਕ ਤੋਂ ਰਿਫਿਊਜ਼ ਹੈ, ਉਹ ਵੀ ਸਾਡੇ ਕੋਲੋਂ ਸਪਟੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਨੇ। ਪਲੱਸ ਜਿਹੜੇ ਟੋਰੋਂਟੋ, ਬਰੈਂਪਟਨ, ਮਿਸੀਸਾਗਾ ਦੇ ਕੈਂਪਸ ਪੜ੍ਹਨ ਜਾਣਾ ਚਾਹੁੰਦੇ ਆ, ਉਹਨਾਂ ਲਈ ਵੀ ਸਾਡੇ ਕੋਲ ਆਪਸ਼ਨ ਅਵੇਲੇਬਲ ਹੈ। ਸੋ ਉਹ ਸਾਰੇ ਜਣੇ ਅੱਜ ਇਸ ਦੇ ਲਾਈਵ ਸੈਸ਼ਨ 'ਚ ਨਾਲ ਜੁੜ ਕੇ ਆਪਣਾ ਵੱਧ ਤੋਂ ਵੱਧ ਕਿਸੇ ਵੀ ਚੀਜ਼ ਦਾ ਲਾਹਾ ਲੈਣਾ ਚਾਹੁੰਦੇ ਲੈ ਸਕਦੇ ਨੇ। ਦੋਸਤੋ, ਕਾਈਂਡਲੀ ਇਹ ਵੀਡੀਓ ਆਪਣੇ ਉਹਨਾਂ ਦੋਸਤਾਂ ਤੱਕ, ਆਪਣੇ ਉਹਨਾਂ ਚਾਹੁਣ ਵਾਲਿਆਂ ਤੱਕ, ਆਪਣੇ ਰਿਸ਼ਤੇਦਾਰਾਂ ਤੱਕ ਸ਼ੇਅਰ ਕਰ ਦਿਓ, ਜਿਹੜੇ ਨਰਸਿੰਗ ਪ੍ਰੋਫਾਈਲ ਵਾਲੇ ਕੈਂਡੀਡੇਟ ਨੇ, ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਨੇ, ਕਿਸੇ ਨੇ GNM ਕੀਤੀ ਹੋਈ ਹੈ, ANM ਕੀਤੀ ਹੋਈ ਹੈ, ਜਾਂ BSc ਨਰਸਿੰਗ ਕੀਤੀ ਹੈ, ਪੋਸਟ ਬੇਸਿਕ BSc ਨਰਸਿੰਗ ਕੀਤੀ ਹੈ, ਜਾਂ ਫਿਰ ਜਿਹੜੇ ਬੱਚੇ ਕੈਨੇਡਾ ਤੋਂ ਇੱਕ ਵਾਰ ਰਿਫਿਊਜ਼ ਹੋ ਚੁੱਕੇ ਨੇ, ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ, ਤਾਂ ਕਿ ਉਹ ਆਪਣੇ ਇੱਕ ਜੋ ਗਲਤ ਡਿਸੀਜ਼ਨ ਨੂੰ, ਮੇਰੀ ਇਸ ਇਨਫੋਰਮੇਸ਼ਨ ਦੇ ਨਾਲ ਅਗਰ ਉਹਨਾਂ ਨੂੰ ਫਾਇਦਾ ਹੁੰਦਾ ਤਾਂ ਸਹੀ ਡਿਸੀਜ਼ਨ ਲੈਣ ਦੇ ਕਾਬਲ ਹੋ ਸਕਣ। ਸੋ ਸਾਰੇ ਜਣਿਆਂ ਨੂੰ ਜਿਹੜੀ ਅੱਜ ਦੀ ਇਨਫੋਰਮੇਸ਼ਨ ਦਾ ਪਤਾ ਲੱਗ ਗਿਆ ਹੋਵੇਗਾ, ਟੋਪਿਕ ਕੀ ਹੈ। ਪਹਿਲਾ ਟੋਪਿਕ ਹੈ ਸੈਟਲਮੈਂਟ ਫੋਰ ਨਰਸਿਸ ਇਨ ਆਸਟ੍ਰੇਲੀਆ, ਦੂਜਾ ਟੋਪਿਕ ਹੈ ਸਪਟੰਬਰ ਇਨਟੇਕ ਕੈਨੇਡਾ। ਇਸ ਤੋਂ ਇਲਾਵਾ ਤੁਹਾਡਾ ਹੋਰ ਕਿਸੇ ਵੀ ਕੰਟਰੀ ਦਾ ਕੋਈ ਸਵਾਲ ਹੋਵੇ ਇਮੀਗ੍ਰੇਸ਼ਨ ਦੇ ਸੰਬੰਧਿਤ, ਟੂਰਿਸਟ ਵਿਜ਼ਟਰ ਵੀਜ਼ਾ ਦੇ ਸੰਬੰਧਿਤ, ਪਰਮਾਨੈਂਟ ਰੈਜ਼ੀਡੈਂਸੀ ਦੇ ਸੰਬੰਧਿਤ, ਜਾਂ ਫਿਰ ਵਰਕ ਪਰਮਿਟ ਨੂੰ ਲੈ ਕੇ ਕਿਹੜੀ ਕਿਹੜੀਆਂ ਪ੍ਰੋਫਾਈਲਸ ਐਲੀਜੀਬਲ ਹੁੰਦੀਆਂ ਨੇ, ਕਿੱਥੇ ਕਰ ਸਕਦੀਆਂ ਨੇ ਅਪਲਾਈ, ਕੀ ਪ੍ਰੋਸੀਜਰ ਹੈ, ਉਹਦੇ ਰਿਗਾਰਡਿੰਗ ਤੁਸੀਂ ਆਪਣਾ ਮੈਨੂੰ ਕੰਟੈਕਟ ਨੰਬਰ ਸੈਂਡ ਕਰ ਸਕਦੇ ਹੋ, ਮੇਰੀ ਟੀਮ ਤੁਹਾਨੂੰ ਫੋਨ ਕਰਕੇ ਜਾਂ ਲਾਈਵ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਇੱਕ ਸਵਾਲ ਦਾ। ਸੋ ਕੈਂਡੀ ਵੀਡੀਓ ਕੇ ਸਾਰੇ ਜਣੇ ਇਸ ਟਾਈਮ ਲਗਭਗ 40 ਜਣੇ ਵੀਡੀਓ ਵੇਖ ਰਹੇ ਆ, ਕੈਂਡੀ ਆਲ 40 ਐਪਲੀਕੈਂਟਸ, ਸੋਰੀ ਵਿਊਰਸ, ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਤੱਕ, ਤਾਂ ਕਿ ਹੋਰ ਨਾਲ 40 ਬੰਦੇ ਜੁੜ ਸਕਣ। ਪਿਛਲੀ ਮੈਂ ਇੱਕ ਵੀਡੀਓ ਪਾਈ ਸੀ, ਫੀਸ ਆਫਟਰ ਵੀਜ਼ਾ ਦੀ ਸੱਚਾਈ ਕੀ ਹੈ, ਟਰੁੱਥ ਬਿਹਾਈਂਡ ਸਕੈਮ ਫੋਰ ਫੀਸ ਆਫਟਰ ਵੀਜ਼ਾ। ਬੜੇ ਲੋਕਾਂ ਨੇ ਵਿਊਜ਼ ਦਿੱਤੇ ਨੈਗੇਟਿਵ, ਬੜੇ ਨੇ ਦਿੱਤੇ ਪੋਜ਼ਿਟਿਵ, ਪਰ ਜਿੱਥੇ ਕਿ ਮੇਰੀ ਟੀਮ ਨੇ ਜਾਂ ਮੈਂ ਰਿਸਰਚ ਕੀਤੀ, ਨੈਗੇਟਿਵ ਵਿਊਜ਼ ਕੇਵਲ ਉਹਨਾਂ ਫੇਕ ਆਈਡੀਜ਼ ਤੋਂ ਆਏ ਜਿਨ੍ਹਾਂ ਨੂੰ ਮਿਰਚਾਂ ਲੱਗੀਆਂ ਸੀ ਫੀਸ ਆਫਟਰ ਵੀਜ਼ਾ ਦੇ ਨਾਂ 'ਤੇ। ਹੁਣ ਜਿਹੜੇ ਕੰਸਲਟੈਂਟ ਫੀਸ ਆਫਟਰ ਵੀਜ਼ਾ ਦੀ ਐਡਵਰਟੀਜ਼ਮੈਂਟ ਕਰਦੇ ਆ, ਜਦੋਂ ਉਹਨਾਂ ਤੱਕ ਇਹ ਵੀਡੀਓ ਪਹੁੰਚੀ ਤਾਂ ਉਹਨਾਂ ਆਪਣੇ ਕਰਿੰਦਿਆਂ ਤੋਂ ਫਿਰ ਫੇਕ ਆਈਡੀਜ਼ ਬਣਾ ਕੇ ਨੈਗੇਟਿਵ ਕਮੈਂਟ ਕਰਵਾਏ ਕਿ ਇਹ ਵੀ ਇਹੋ ਠੱਗ ਹੈ ਜੀ, ਇਹ ਵੀ ਫਲਾਣਾ ਢੀਂਗ ਹੈ। ਚਲੋ ਕੋਈ ਫਰਕ ਨਹੀਂ ਪੈਂਦਾ, ਸੱਚਾਈ ਸਾਰੇ ਲੋਕਾਂ ਨੂੰ ਪਤਾ ਹੈ। ਸੋ ਮੈਨੂੰ ਕਿਸੇ ਦੇ ਨੈਗੇਟਿਵ ਕਮੈਂਟ ਨਾਲ ਜਾਂ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਨੂੰ ਪਤਾ ਮੈਂ ਅੰਦਰੋਂ ਕੀ ਕਰ ਰਿਹਾ। ਜਦੋਂ ਜਿਹੜਾ ਬੰਦਾ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਅੱਖਾਂ ਮਿਲਾ ਕੇ ਦੇਖ ਸਕਦਾ ਹੋਵੇ ਨਾ, ਉਹਨੂੰ ਪਤਾ ਕਿ ਮੈਂ ਕੀ ਕਰ ਰਿਹਾ। ਸੋ ਕਿਸੇ ਦੇ ਬੁਰਾ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਜੇ 10 ਬੰਦਿਆਂ ਨੇ ਬੁਰਾ ਲਿਖਿਆ ਵਿੱਚ 400 ਬੰਦਿਆਂ ਨੇ ਚੰਗਾ ਵੀ ਲਿਖਿਆ ਪਿਆ, ਨਹੀਂ ਯਾਰ ਰਾਜੀ ਸਾਹਿਬ ਜੋ ਕਰਦੇ ਚੰਗਾ ਕਰ ਰਹੇ, ਇਹਦੀ ਗੱਲਾਂ ਵਾਲੀ ਸੁਣੋ। ਸੋ ਮੈਂ ਨਹੀਂ ਜਵਾਬ ਦਿੱਤੇ, ਲੋਕਾਂ ਨੇ ਆਪਣੇ ਜਵਾਬ ਦਿੱਤੇ, ਲਗਭਗ 50,000 ਤੋਂ ਉੱਪਰ ਲੋਕ ਵੀਡੀਓ ਦੇਖ ਚੁੱਕੇ ਆ, ਔਰ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਕੰਸਲਟੈਂਟ ਦੇ ਵਿੱਚ, ਬੱਚਿਆਂ 'ਚ ਜਿਹੜੇ ਕੈਨੇਡਾ ਪੜ੍ਹਨ ਜਾਣ ਲਈ ਫੀਸ ਆਫਟਰ ਵੀਜ਼ਾ ਨਾਂ 'ਤੇ ਮਤਲਬ ਐਡਵਰਟੀਜ਼ਮੈਂਟ ਕਰਦੇ ਸੀ ਜਾਂ ਵੇਖਦੇ ਸੀ, ਅਤੇ ਸੱਚਾਈ ਦੇ ਤੋਂ ਕੋਹਾਂ ਦੂਰ ਸੀ ਵੀ ਸੱਚਾਈ ਕੀ ਹੈ ਯਾਰ, ਕਿੰਨਾ ਕੁ ਵੱਡਾ ਕੰਸਲਟੈਂਟ ਅੱਜ ਐਡੇ ਵੱਡੇ ਵੱਡੇ ਬਿਜ਼ਨਸਮੈਨ ਬਣ ਚੁੱਕੇ ਨੇ ਕਿ ਜਿਹੜੇ ਮਤਲਬ ਬੱਚਿਆਂ ਦੇ ਉੱਤੇ ਕਰੋੜਾਂ ਰੁਪਏ ਪੱਲਿਓਂ ਲਗਾ ਸਕਦੇ ਨੇ, ਪੱਲਿਓਂ ਇਨਵੈਸਟ ਕਰ ਸਕਦੇ ਨੇ। ਸੋ ਸੱਚਾਈ ਮੈਂ ਉਸ ਵੀਡੀਓ ਦੱਸੀ ਸੀ, ਜੇ ਕਿਸੇ ਨੇ ਵੀਡੀਓ ਨਹੀਂ ਵੇਖੀ ਤਾਂ ਮੇਰੇ ਫੇਸਬੁੱਕ ਪੇਜ 'ਤੇ ਜਾ ਕੇ ਜਾਂ ਯੂਟਿਊਬ ਚੈਨਲ 'ਤੇ ਜਾ ਕੇ ਟਰੁੱਥ ਬਿਹਾਈਂਡ ਫੀਸ ਵੀਜ਼ਾ, ਫੀਸ ਆਫਟਰ ਵੀਜ਼ਾ ਦਾ ਕੀ ਸੱਚ ਆ, ਉਹਦੇ ਬਾਰੇ ਤੁਸੀਂ ਉਹ ਵੀਡੀਓ ਦਾ ਹੈਡਿੰਗ ਹੈ, ਉਹ ਮੇਰੀ ਵੀਡੀਓ ਦੇਖ ਸਕਦੇ ਹੋ। ਸੋ ਕਮਿੰਗ ਬੈਕ ਟੂ ਟੂਡੇਜ਼ ਟੋਪਿਕ,
ਬੜੀ ਖੁਸ਼ਖਬਰੀ ਹੈ ਦੋਸਤੋ, ਜਿਹੜੇ ਸਟੂਡੈਂਟ ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਨੇ, ਬੜੀ ਵਧੀਆ ਓਪਰਚੁਨਿਟੀ ਆਰ ਐਸ ਗੋਬਲ ਲੈ ਕੇ ਆ ਉਹਨਾਂ ਲਈ। ਸਪਟੰਬਰ ਇਨਟੇਕ ਅਵੇਲੇਬਲ ਆ, ਧਿਆਨ ਦੇ ਨਾਲ ਸੁਣ ਲਿਓ। ਅਗਲੇ 10 ਮਿੰਟ ਲਵਾਂਗਾ, 10 ਮਿੰਟਾਂ 'ਚ ਪੂਰੀ ਗੱਲ ਕਲੀਅਰ ਕਰ ਦੇਣੀ ਹੈ। ਜੇ ਗੱਲ ਕੋਈ ਰਹਿ ਜਾਵੇ ਤਾਂ ਜਦੋਂ ਵੀਡੀਓ ਅਪਲੋਡ ਕਰਾਂਗੇ ਫੇਸਬੁੱਕ 'ਤੇ ਉਦੋਂ ਬਾਅਦ 'ਚ ਰਿਵਾਇੰਡ ਕਰਕੇ ਸੁਣ ਲਿਓ। ਜਿਹੜੇ ਸਟੂਡੈਂਟ ਨੇ ਇੰਡੀਆ ਵਿੱਚ GNM ਨਰਸਿੰਗ, ਜਿਹੜੀ ਕਿ 3-3.5 ਸਾਲ ਦੀ ਹੁੰਦੀ ਹੈ, ਜਾਂ BSc ਨਰਸਿੰਗ ਜਾਂ ਪੋਸਟ ਬੇਸਿਕ BSc ਨਰਸਿੰਗ ਕੀਤੀ ਹੈ, ਕੇਵਲ ਔਰ ਕੇਵਲ ਨਰਸਿੰਗ ਪ੍ਰੋਫਾਈਲ ਦਾ ਕੈਟਾਗਰੀ ਦਾ ਡਿਪਲੋਮਾ ਜਾਂ ਡਿਗਰੀ ਕੀਤੀ ਹੈ, ਉਹਨਾਂ ਲਈ ਸਾਡੇ ਕੋਲ ਸਿਡਨੀ, ਮੈਲਬਰਨ, ਪਰਥ ਤਿੰਨਾਂ ਸ਼ਹਿਰਾਂ ਵਿੱਚ ਐਕਸਕਲੂਸਿਵ ਪ੍ਰੋਗਰਾਮ ਦੀ ਅਵੇਲੇਬਿਲਿਟੀ ਹੈ ਸਪਟੰਬਰ ਇਨਟੇਕ ਲਈ। ਜੁਲਾਈ ਇਨਟੇਕ ਸਾਡਾ ਆਲਰੇਡੀ ਫੁੱਲ ਹੈ, ਸਪਤੰਬਰ ਇਨਟੇਕ 'ਚ ਅਸੀਂ ਤਕਰੀਬਨ 20 ਜੁਲਾਈ ਤੱਕ ਕੇਸ ਲਵਾਂਗੇ। ਅੱਜ 1 ਜੁਲਾਈ ਹੋਈ ਹੈ, ਅਗਲੇ 20 ਦਿਨ ਤੱਕ ਹੋਰ ਐਪਲੀਕੇਸ਼ਨ ਲਈਆਂ ਜਾਣਗੀਆਂ ਫੋਰ ਦਾ ਸਪਟੰਬਰ ਇਨਟੇਕ। ਉਹਦੇ 'ਚ 1 ਸਾਲ ਦਾ ਨਰਸਿੰਗ ਪ੍ਰੋਫੈਸ਼ਨਲ ਦਾ ਡਿਪਲੋਮਾ ਹੈ, ਜਿਹਦੀ ਟੋਟਲ ਕੋਰਸ ਦੀ ਫੀਸ ਹੈ $20,000, ਜਾਣੀ ਕਿ ਪੂਰੇ ਸਾਲ ਪੂਰੇ ਕੋਰਸ ਦੀ ਫੀਸ $20,000 ਹੈ। ਤੁਸੀਂ ਸਮੈਸਟਰ ਦੀ ਫੀਸ ਪੇ ਕਰਕੇ ਰੁਪਏ ਪੇ ਕਰਕੇ ਆਪਣੀ ਉਸ ਕਾਲਜ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਜਿਹਨੇ ਤੁਹਾਨੂੰ ਪ੍ਰੋਫੈਸ਼ਨਲ ਨਰਸਿੰਗ ਦਾ ਡਿਪਲੋਮਾ ਕਰਾ ਦੇਣਾ। 1 ਸਾਲ ਦੇ ਉਸ ਡਿਪਲੋਮੇ ਤੋਂ ਬਾਅਦ ਤੁਸੀਂ ਫਰਦਰ ਬ੍ਰੀਜ਼ਿੰਗ ਵੀਜ਼ਾ 'ਤੇ ਆ ਕੇ ਆਪਣਾ RN ਦਾ ਟੈਸਟ ਪਾਸ ਕਰ ਸਕਦੇ ਹੋ, ਜੋ ਕਿ 3 ਤੋਂ ਲੈ ਕੇ 6 ਮਹੀਨੇ ਦਾ ਹੁੰਦਾ। ਅਤੇ ਜੇ ਮੈਂ 6 ਮਹੀਨੇ ਦੀ ਵੀ ਗੱਲ ਕਰਾਂ ਤਾਂ ਵੀ 1 ਸਾਲ ਦਾ ਡਿਪਲੋਮਾ, 6 ਮਹੀਨੇ ਦਾ RN, 1.5 ਸਾਲ ਬਾਅਦ ਤੁਸੀਂ ਆਪਣੀ PR ਪਾਉਣ ਦੇ ਹੱਕਦਾਰ ਆ। 1.5 ਸਾਲ ਵਿੱਚ ਹੀ ਤੁਸੀਂ ਆਸਟ੍ਰੇਲੀਆ 'ਚ PR ਲਈ ਪੁਆਇੰਟ ਕਲੇਮ ਕਰ ਸਕਦੇ ਹਾਂ, ਬਟ ਲੋੜ ਹੈ 7 ਈਚ ਲੈਣ ਦੀ ਜਦੋਂ ਤੁਸੀਂ PR ਲਈ RN ਲਈ ਤੁਸੀਂ ਟੈਸਟ ਪਾਸ ਕਰਨਾ, ਜੋ RN ਕਲੀਅਰ ਕਰਨੀ ਹੈ। ਹੁਣ ਇੰਡੀਆ ਤੋਂ IELTS ਕੀ ਰਿਕੁਆਇਰਮੈਂਟ ਹੈ, ਧਿਆਨ ਨਾਲ ਸੁਣਨਾ ਗੱਲ। GNM ਨਰਸਿੰਗ, BSc ਨਰਸਿੰਗ ਸਟੂਡੈਂਟ ਲਈ 6.5 band 6 in each ਦੀ ਰਿਕੁਆਇਰਮੈਂਟ ਹੈ, ਬਟ ਕਾਲਜ ਕੋਲ 11-12 ਹਫ਼ਤਿਆਂ ਦਾ ਐਲੀ ਕੋਰਸ ਦੀ ਆਪਸ਼ਨ ਵੀ ਅਵੇਲੇਬਲ ਹੈ। ਤੁਸੀਂ ਅਗਰ ਓਵਰਆਲ 6 band ਆ ਤੁਹਾਡੇ, ਨੋਟ ਲੈਸ ਦੈਨ 5.5, ਸਟਿਲ ਯੂ ਕੈਨ ਅਨਰੋਲ ਇਨ ਦਿਸ ਪ੍ਰੋਗਰਾਮ। ਸੋ ਕੋਈ ਵੀ ਸਟੂਡੈਂਟ ਜਿਹਨੇ GNM ਨਰਸਿੰਗ ਜਾਂ BSc ਨਰਸਿੰਗ ਕੀਤੀ ਹੈ, 1 ਸਾਲ ਦੇ ਪ੍ਰੋਫੈਸ਼ਨਲ ਨਰਸਿੰਗ ਦੇ ਪ੍ਰੋਗਰਾਮ ਲਈ ਜਾ ਸਕਦੇ ਨੇ, ਜਿਹਦੇ ਪ੍ਰੋਪਰ PR ਦੇ ਤੁਹਾਨੂੰ ਪੁਆਇੰਟਸ ਮਿਲਦੇ ਨੇ। ਉਹਦੇ 'ਚ ਤੁਸੀਂ ਓਵਰਆਲ 6 band 5.5 ਈਚ ਦੇ ਨਾਲ ਐਲੀ ਕੋਰਸ, ਜਾਣੀ ਕਿ ਕੋਰਸ ਫਿਰ ਤੁਹਾਡਾ 1 ਸਾਲ ਪਲੱਸ ਜਿਹੜਾ 10 ਹਫ਼ਤਿਆਂ ਦਾ ਜਾਂ 12 ਹਫ਼ਤੇ ਐਲੀ ਕੋਰਸ ਲੱਗਾ, ਉਹ ਡੋਰੇਸ਼ਨ ਹੋ ਜਾਏਗੀ। ਅਤੇ ਜੇ IELTS 6.56 ਈਚ ਹੈਗੇ ਨੇ, ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਐਲੀ ਕੋਰਸ ਕਲੀਅਰ ਕਰਨ ਦੀ ਲੋੜ ਨਹੀਂ, ਡਾਇਰੈਕਟਲੀ ਤੁਸੀਂ 1 ਸਾਲ ਦੇ ਡਿਪਲੋਮੇ 'ਚ ਅਨਰੋਲਡ ਹੁੰਦੇ ਹੋ, ਉੱਥੇ ਤੁਸੀਂ 1 ਸਾਲ ਪੜ੍ਹ ਕੇ ਫਰਦਰ ਆਪਣੀ RN ਕਲੀਅਰ ਕਰਕੇ PR ਦਾ ਸਿੱਧਾ ਕੇਸ ਆਪਣਾ ਅਪਲਾਈ ਕਰ ਸਕਦੇ ਹੋ। ਔਰ ਬੜੀ ਥੋੜ੍ਹੀ ਫੀਸ ਆ, ਕੇਵਲ 5 ਲੱਖ ਰੁਪਏ ਫੀਸ ਪੇ ਕਰਕੇ ਤੁਸੀਂ ਆਸਟ੍ਰੇਲੀਆ 'ਚ ਨਰਸਿੰਗ ਦੇ ਕੋਰਸ 'ਤੇ ਜਾ ਸਕਦੇ ਹੋ। ਹੁਣ ਮੈਂ ਡਿਟੇਲ ਸਮਝਾਉਣਾ। ਅੱਜ ਤੋਂ ਪਹਿਲਾਂ ਜਿਹੜੇ ਬੱਚੇ ਆਸਟ੍ਰੇਲੀਆ ਪੜ੍ਹਨ ਜਾਂਦੇ ਸੀ ਸਾਡੇ ਕੋਲੋਂ ਜਾਂ ਹੋਰਨਾਂ ਕੰਸਲਟੈਂਟ ਦੇ ਕੋਲੋਂ, ਜਿਸ ਲੜਕੀ ਨੇ GNM ਨਰਸਿੰਗ ਕੀਤੀ ਹੈ ਉਹ ਉੱਥੇ BSc ਨਰਸਿੰਗ 'ਚ ਦਾਖਲਾ ਲੈਂਦੀ ਸੀ, ਉਸ ਲੜਕੀ ਨੂੰ $25,000 to $30,000 1 ਸਾਲ ਦੀ ਫੀਸ ਭਰਨੀ ਪੈਂਦੀ ਸੀ। $25,000 to $30,000 1 year ਫੀਸ ਹੈ ਬੈਚਲਰ ਆਫ ਨਰਸਿੰਗ ਦੀ, ਅਤੇ 3 ਸਾਲ ਦਾ ਉੱਥੇ ਪ੍ਰੋਗਰਾਮ ਹੈ। ਜੇ ਮੈਂ 25,000 ਲਈ ਲਵਾਂ ਘੱਟੋ ਘੱਟ, 25 ਲਈ ਲਵਾਂ ਤਾਂ ਵੀ 3 ਸਾਲ ਦੀ ਫੀਸ ਬਣਦੀ 75,000। ਸੋ ਤੁਸੀਂ 3 ਸਾਲ ਲਗਾ ਕੇ $75,000 ਤੋਂ ਮੇਰਾ ਮਤਲਬ ਲਗਭਗ 37 to 38 lakh rupees 40 lakh rupees ਖਰਚਦੇ ਸੀ। ਇੱਕ ਪਾਸੇ 40 lakh rupees ਖਰਚਾ ਆ ਗਿਆ, ਇੱਕ ਪਾਸੇ 3 ਸਾਲ ਗਏ, ਇੱਧਰ ਕੇਵਲ $20,000 ਖਰਚ ਰਹੇ ਹੋ, ਕੇਵਲ 10 lakh rupees ਖਰਚ ਰਹੇ ਹੋ, ਉਹ ਵੀ 1 ਸਾਲ ਵਿੱਚ। ਇੱਕ ਤਾਂ 2 ਸਾਲ ਬਚੇ ਪਲੱਸ 30 lakh rupees ਬਚਿਆ। ਸੋ ਅਗਰ 30 lakh rupees ਬਚਾਉਣਾ ਚਾਹੁੰਦੇ ਹੋ, 2 ਸਾਲ ਬਚਾਉਣਾ ਚਾਹੁੰਦੇ ਹੋ, ਤਾਂ ਇਸ ਸਪਟੰਬਰ ਦੀ ਓਪਰਚੁਨਿਟੀ ਨੂੰ ਗ੍ਰੈਬ ਕੀਤਾ ਜਾ ਸਕਦਾ, ਅਵੇਲ ਕੀਤਾ ਜਾ ਸਕਦਾ। ਔਰ ਇਹੋ ਜਿਹੀ ਯੂਨੀਕ ਇਨਫੋਰਮੇਸ਼ਨ ਅੱਜ ਤੱਕ ਕਿਸੇ ਮੰਚ ਦੇ ਕਿਸੇ ਕੰਸਲਟੈਂਟ ਨੇ ਸਾਂਝੀ ਨਹੀਂ ਕੀਤੀ, ਜਿੰਨਾ ਕੁ ਮੈਨੂੰ ਤਜਰਬਾ, ਜਿੰਨੀ ਕੁ ਮੈਨੂੰ ਨੌਲੇਜ ਆ ਹੁਣ ਤੱਕ। ਮੇਰੇ ਖਿਆਲ ਨਾਲ ਆਹ ਵਾਲੀ ਇਨਫੋਰਮੇਸ਼ਨ ਆਪਾਂ ਤਾਂ ਖੈਰ ਕਦੀ ਸ਼ੇਅਰ ਕੀਤੀ ਨਹੀਂ, ਇਹਦੇ ਨਾਲ ਨਾਲ ਕਦੇ ਕਿਸੇ ਕੰਸਲਟੈਂਟ ਨੇ ਕਦੀ ਕਿਸੇ ਮੰਚ ਤੇ ਸਾਂਝੀ ਨਹੀਂ ਕੀਤੀ ਕਿ ਨਰਸਿਸ 1 ਸਾਲ ਦੇ ਡਿਪਲੋਮੇ ਬਾਅਦ ਕਿਵੇਂ ਆਰਨ ਕਰਕੇ PR ਅਪਲਾਈ ਕਰ ਸਕਦੀਆਂ ਨੇ। ਉਹ ਐਕਸਕਲੂਸਿਵ ਪ੍ਰੋਗਰਾਮ ਸਿਡਨੀ ਵਿੱਚ ਵੀ ਅਵੇਲੇਬਲ ਆ, ਮੈਲਬਰਨ ਵਿੱਚ ਵੀ ਅਵੇਲੇਬਲ ਆ, ਪਰਥ ਵਿੱਚ ਅਵੇਲੇਬਲ ਆ। ਤੁਸੀਂ ਜਿਸ ਵੀ ਸ਼ਹਿਰ 'ਚ ਜਾਣਾ ਚਾਹੁੰਦੇ ਹੋ ਤੁਹਾਨੂੰ ਕੋਰਸ ਮਿਲ ਜਾਏਗਾ। 1 ਸਾਲ ਦਾ ਪ੍ਰੋਗਰਾਮ ਹੈ, ਸਪਤੰਬਰ 1st to 2nd ਤੋਂ ਕਲਾਸਿਸ ਸ਼ੁਰੂ ਨੇ, July 15 ਤੱਕ ਅਸੀਂ ਕੇਸ ਲਵਾਂਗੇ, 20 ਜੁਲਾਈ ਤੱਕ ਕੇਸ ਅਸੀਂ ਲਾਂਚ ਕਰ ਦੇਣੇ ਆ। ਉਮੀਦ ਕਰਾਂਗੇ ਕਿ ਅਗਸਤ ਦੇ 1st to 2nd ਤੱਕ ਵੀਜ਼ੇ ਆਉਣੇ ਸ਼ੁਰੂ ਹੋ ਜਾਣਗੇ, ਦੈਨ ਸਟੂਡੈਂਟ ਕੈਨ ਫਲਾਈ। ਸੋ ਸਾਡੇ ਕੋਲ ਇਸ ਟਾਈਮ ਤਕਰੀਬਨ 200 seat ਅਵੇਲੇਬਲ ਆ। ਜਿਹੜੇ ਵੀ ਪੰਜਾਬ, ਹਰਿਆਣਾ, ਹਿਮਾਚਲ, UP, ਗੰਗਾਨਗਰ, ਉਧਮਪੁਰ, ਰਾਜਸਥਾਨ, ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ, 70509 70509, ਯਾਨੀ ਕਿ 70509 70509 ਨੰਬਰ 'ਤੇ ਕਾਲ ਕਰਕੇ ਮੇਰੇ ਦਫ਼ਤਰ 'ਚ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਜਾਂ ਮੇਰੀ ਐਕਸਪਰਟ ਟੀਮ ਨਾਲ ਮੇਰੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ 'ਚ ਵਿਜ਼ਿਟ ਜ਼ਰੂਰ ਕਰੋ, ਤਾਂ ਕਿ ਤੁਹਾਨੂੰ ਉਸ ਕਾਲਜ ਦੀ ਡਿਟੇਲ ਦਿੱਤੀ ਜਾ ਸਕੇ। ਕਿਉਂਕਿ ਓਪਨਲੀ ਕਾਲਜ ਦਾ ਨਾਮ ਮੈਂ ਇਸ ਮੰਚ ਰਾਹੀਂ ਨਹੀਂ ਬੋਲ ਪਾਵਾਂਗਾ, ਕਿਉਂਕਿ ਆਪਣੀ ਕੰਪਨੀ ਦੇ ਕੰਪਨੀ ਪਾਲਿਸੀਜ਼ ਨੇ, ਓਪਨਲੀ ਸਭ ਕੁਝ ਨਹੀਂ ਕਰ ਪਾਵਾਂਗੇ ਆਪਾਂ। ਬਟ ਯੈਸ, ਜਦੋਂ ਸਟੂਡੈਂਟ ਸਾਡੇ ਕੋਲ ਆਏਗਾ, ਬੱਚੇ ਨੂੰ ਕਾਲਜ ਦਾ ਪ੍ਰੋਸਪੈਕਟਸ, ਫੀਸ ਸਟਰਕਚਰ ਸਭ ਕੁਝ ਐਜ਼ ਇਟ ਇਜ਼ ਜੋ ਮੈਂ ਸਮਝਾਇਆ ਸਮਝਾ ਕੇ ਦਿੱਤਾ ਜਾਏਗਾ, ਬੱਚਾ ਉੱਥੇ ਅਪਲਾਈ ਕਰਨਾ ਚਾਹੁੰਦਾ ਤਾਂ ਸੇਮ ਡੇ ਸਾਡੇ ਕੋਲ ਆਪਣਾ ਆਫਰ ਲੈਟਰ ਅਪਲਾਈ ਕਰ ਸਕਦਾ। 1 ਵੀਕ ਦੇ ਵਿੱਚ
ਬੱਚੇ ਨੂੰ ਆਫ ਲੈਟਰ ਦਿੱਤਾ ਜਾਏਗਾ ਐਂਡ ਬੱਚੇ ਦੇ ਕੋਲ 20 ਤੋਂ 22 ਲੱਖ ਰੁਪਇਆ ਅਗਰ ਫੰਡਸ ਅਵੇਲੇਬਲ ਪਏ ਨੇ ਚਾਹੇ ਉਹ ਮਹੀਨਾ ਪੁਰਾਣੇ ਨੇ ਚਾਹੇ 2 ਮਹੀਨੇ ਰੁਕਾਵਟ ਕੇ ਲਈ ਖੇਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਦੂਰਦਰਸ਼ਨ ਜਦੋਂ ਚੱਲਦਾ ਸੀ ਉਦੋਂ ਤਾਂ ਕੇਬਲ ਚੈਨਲ ਹੁੰਦੇ ਨਹੀਂ ਸੀਗੇ ਅਤੇ ਜਦੋਂ ਲਾਈਟ ਚਲੀ ਜਾਂਦੀ ਸੀ ਨਾ ਪਿੱਛੇ ਤਾਂ ਉਦੋਂ ਟੀ ਵੀ ਦੀ ਸਕਰੀਨ 'ਤੇ ਆਉਂਦਾ ਸੀ ਰੁਕਾਵਟ ਕੇ ਲਈ ਖੇਦ ਹੈ ਅੱਜ ਉਹ ਘੱਟੋ ਘੱਟ 20-25 ਸਾਲ ਪੁਰਾਣਾ ਸਲੋਗਨ ਯਾਦ ਆ ਗਿਆ ਰੁਕਾਵਟ ਕੇ ਲਈ ਖੇਦ ਹੈ ਸੋ ਆਈ ਐਮ ਸੋਰੀ ਫੋਰ ਦੈਟ ਲਾਈਟ ਚਲੀ ਗਈ ਸੀ ਜਨਰੇਟਰ ਔਨ ਹੁੰਦਿਆਂ ਨੂੰ ਲਗਭਗ ਵੀ 10-15 ਸੈਕਿੰਡ ਦਾ ਟਾਈਮ ਲੱਗ ਜਾਂਦਾ ਉਸ ਕਰਕੇ ਸ਼ਾਇਦ ਥੋੜ੍ਹੀ ਜਿਹੀ ਤੁਹਾਨੂੰ ਡਿਸਟਰਬੈਂਸ ਦਾ ਸਾਹਮਣਾ ਕਰਨਾ ਪਿਆ ਹੋਵੇ ਸੋ ਉਸ ਇਨਕਨਵੀਨੀਅੰਸਲੀ ਸੋਰੀ ਸੋ ਇੱਕ ਵੀਕ ਦੇ ਵਿੱਚ ਕਾਲਜ ਦੀ ਆਫਰ ਲੈਟਰ ਜਾਰੀ ਕਰ ਦਿੱਤੀ ਜਾਏਗੀ ਜੇ 20 ਤੋਂ 22 ਲੱਖ ਰੁਪਏ ਤੁਹਾਡੇ ਕੋਲ ਨਵਾਂ ਜਾਂ ਪੁਰਾਣਾ ਅਵੇਲੇਬਲ ਹੈ ਤੁਹਾਡੇ ਨਾਮ 'ਤੇ ਤੁਹਾਡੇ ਪੇਰੈਂਟਸ ਦੇ ਨਾਮ 'ਤੇ ਤੁਹਾਡੇ ਫੈਮਿਲੀ ਮੈਂਬਰਸ ਦੇ ਨਾਮ 'ਤੇ ਤੁਹਾਡੇ ਗ੍ਰੈਂਡ ਪੇਰੈਂਟਸ ਦੇ ਨਾਮ 'ਤੇ ਉਹ ਸਭ ਨੂੰ ਤੁਸੀਂ ਆਪਣਾ ਸਪੋਂਸਰ ਬਣਾ ਕੇ ਕਾਲਜ ਵਿੱਚ ਇਹ ਫੰਡ ਦਿਖਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਐਮਬੈਸੀ 'ਚ ਕੇਸ ਲਗਾਉਣਾ ਕੈਟਾਗਰੀ 2 ਦਾ ਕਾਲਜ ਹੈ ਜਿੱਥੇ ਤੁਸੀਂ ਪ੍ਰੋਫੈਸ਼ਨਲ ਆਰਟ ਨਰਸਿੰਗ ਦਾ ਡਿਪਲੋਮਾ ਕਰਕੇ ਕੇਵਲ ਅਤੇ ਕੇਵਲ 1.5 ਸਾਲ ਦੇ ਵਿੱਚ ਆਪਣੀ PR ਅਪਲਾਈ ਕਰਨ ਦੇ ਹੱਕਦਾਰ ਹੋ ਜਾਓਗੇ ਜਿਹਦੇ 'ਚ ਤੁਸੀਂ 2 ਸਾਲ ਦਾ ਸਮਾਂ ਬਚਾ ਸਕਦੇ ਹੋ ਔਰ 30 ਲੱਖ ਰੁਪਏ ਐਵਰੇਜ ਬੇਸ 'ਤੇ ਬਚਾ ਸਕਦੇ ਹੋ ਹੁਣ ਤੁਸੀਂ ਅਗਰ 30 ਲੱਖ ਰੁਪਇਆ ਬਚਾਉਣਾ ਚਾਹੁੰਦੇ ਹੋ ਹੁਣ ਇਹ ਮੰਨ ਲਓ ਵੀ 30 ਲੱਖ ਰੁਪਏ ਦੀ ਸਕਾਲਰਸ਼ਿਪ ਤੁਹਾਨੂੰ ਦੇ ਰਿਹਾ ਹਾਰਸ ਗਲੋਬਲ ਇਮੀਗ੍ਰੇਸ਼ਨ ਜੋ ਕਿ 2 ਸਾਲ ਦਾ ਸਮਾਂ ਵੀ ਤੁਹਾਨੂੰ ਬਚਾਉਣ ਦਾ ਨਾਲ ਮੌਕਾ ਦੇ ਰਿਹਾ ਸੋ ਇਹ ਆਵਾਜ਼ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਤੁਹਾਡੇ ਦੋਸਤ ਤੁਹਾਡੇ ਭੈਣ ਕੋਈ ਤੁਹਾਡੀ ਕਜ਼ਨ ਤੁਹਾਡਾ ਕੋਈ ਰਿਲੇਟਿਵ ਜਿਹਨੇ GNM ਨਰਸਿੰਗ ਕੀਤੀ ਹੈ ਜਾਂ BSc ਨਰਸਿੰਗ ਕੀਤੀ ਹੈ ਉਹਨਾਂ ਲਈ ਐਕਸਕਲੂਸਿਵ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਹੈ ਸੋ ਮੈਲਬਰਨ 'ਚ ਸਾਡਾ ਆਫਿਸ ਹੈ ਤਾਂ ਸਿੱਧਾ ਇਮੀਗ੍ਰੇਸ਼ਨ ਲਾਇਰ ਦੇ ਥਰੂ ਤੁਹਾਡਾ ਕੇਸ ਅੰਬੈਸੀ 'ਚ ਲੌਂਚ ਹੋਏਗਾ ਐਂਡ ਵਿਦਇਨ 10-12 ਦਿਨ ਦੇ ਵਿੱਚ ਤੁਹਾਨੂੰ ਵੀਜ਼ਾ ਲੱਗ ਜਾਏਗਾ ਈਵਨ ਕਿ ਇੱਦਾਂ ਦੇ ਕੇਸ ਵਿੱਚ ਤਾਂ ਔਨ ਦਾ ਸਪੋਟ ਵੀ ਆਪਾਂ 3 ਵੀਜ਼ੇ ਲਏ ਨੇ ਹੁਣ ਅਪਲਾਈ ਕੀਤਾ ਜਦ ਔਨਲਾਈਨ ਫਾਈਲ ਲੌਂਚ ਕੀਤੀ ਫੀਸ ਕੱਟੀ ਗਈ ਵਿਦਇਨ ਸੇਮ ਸੈਕਿੰਡ ਸਾਨੂੰ ਵੀਜ਼ਾ ਆ ਗਿਆ ਵਿਦਇਨ ਸੇਮ ਸੈਕਿੰਡ ਸੋ ਇੱਦਾਂ ਵੀ ਸਾਡੇ ਨਾਲ ਹੋਇਆ ਕਿ ਆਟੋ ਵੀਜ਼ੇ ਵੀ ਇਸ ਕੋਰਸ ਵਿੱਚ ਲੱਗਦੇ ਨੇ ਕਿਉਂਕਿ ਇਹ ਕੋਰਸ ਹਾਲੀ ਡਿਮਾਂਡ ਦੀ ਲਿਸਟ ਵਿੱਚ ਹੈ ਆਸਟ੍ਰੇਲੀਆ ਸਰਕਾਰ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਮੁਤਾਬਕ ਸੋ ਆਸਟ੍ਰੇਲੀਆ 'ਚ ਨਰਸਿੰਗ ਵਾਲਾ ਕੋਈ ਬੰਦਾ ਅਗਰ ਸੈਟਲ ਹੋਣਾ ਚਾਹੁੰਦਾ ਕੋਈ ਐਪਲੀਕੈਂਟ ਕਿਸ ਤਰ੍ਹਾਂ ਦਾ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਤਾਂ ਮੇਰੇ ਜਲੰਧਰ ਮੋਹਾਲੀ ਔਰ ਨਵਾਂਸ਼ਹਿਰ ਆਫਿਸ ਆ ਕੇ ਜ਼ਰੂਰ ਵਿਜ਼ਿਟ ਕੀਤਾ ਜਾ ਸਕਦਾ ਇੱਕ ਗੱਲ ਲੋਕਾਂ ਦਾ ਸਵਾਲ ਜ਼ਰੂਰ ਆਊਗਾ ਕਿ ਇਹਦੇ 'ਚ ਸਪਾਊਸ ਜਾ ਸਕਦਾ ਕਿ ਨਹੀਂ ਤਾਂ ਡੈਫੀਨੇਟਲੀ ਯੈਸ ਇਹਦੇ 'ਚ ਸਪਾਊਸ ਨਾਲ ਅਪਲਾਈ ਕਰ ਸਕਦਾ ਸਪਾਊਸ ਨੂੰ ਫੁੱਲ ਟਾਈਮ ਵਰਕ ਪਰਮਿਟ ਦੀ ਪਰਮਿਸ਼ਨ ਹੋਏਗੀ ਐਂਡ ਗੈਪ ਦੇ ਸਵਾਲ ਦਾ ਜਵਾਬ ਵੀ ਦੇ ਦੇਵਾਂ 20 ਸਾਲ ਦਾ ਗੈਪ ਐਕਸੈਪਟੇਬਲ ਆ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਜਾਂ ਪਰਸੋਂ ਨੂੰ ਸਾਰੀਆਂ ਅਖਬਾਰਾਂ ਦੇ ਵਿੱਚ ਜਿਹੜੀਆਂ ਮੇਜਰ ਨਿਊਜ਼ਪੇਪਰ 'ਚ ਅਸੀਂ ਇਹਦੀ ਐਡਵਰਟੀਜ਼ਮੈਂਟ ਦੇ ਦਈਏ ਇਹ 'ਚ 20 ਸਾਲ ਤੱਕ ਦਾ ਗੈਪ ਐਕਸੈਪਟੇਬਲ ਆ 20 ਸਾਲ ਤੋਂ ਗੈਪ ਦਾ ਮੇਰਾ ਭਾਵ ਕਿ ਜਿਹੜਾ ਕੋਈ ਨਰਸਿੰਗ ਪ੍ਰੋਫਾਈਲ ਵਾਲਾ ਐਪਲੀਕੈਂਟ ਹੈ ਉਹ ਅਗਰ ਕਲੀਨਿਕ 'ਤੇ ਕਿਸੇ ਹੋਸਪਿਟਲ 'ਚ ਜੋਬ ਕਰ ਰਿਹਾ ਉਹ ਕੋਲ ਕਲੀਨਿਕਲ ਐਕਸਪੀਰੀਅੰਸ ਹੈਗਾ ਉਹਦੇ ਨਾਲ ਅਟੈਚ ਕਰ ਸਕਦਾ 20 ਸਾਲ ਤੋਂ ਮਤਲਬ ਇਹ ਨਹੀਂ ਕਿ ਤੁਸੀਂ GNMI ਤੋਂ 20 ਸਾਲ ਪਹਿਲਾਂ ਕੀਤੀ ਹੋਵੇ ਅਤੇ ਅੱਜ ਤੁਸੀਂ ਕਹੋ ਜੀ ਮੈਨੂੰ 20 ਸਾਲ ਦੇ ਗੈਪ ਨਾਲ ਵੀਜ਼ਾ ਲਵਾ ਦਿਉ ਉਹ ਨਹੀਂ ਜੋਬ ਐਕਸਪੀਰੀਅੰਸ ਸ਼ੁੱਡ ਬੀ ਮੰਡੈਟਰੀ ਉਹ ਜ਼ਰੂਰੀ ਹੈ ਸੋ ਜਿਸ ਵੀ ਐਪਲੀਕੈਂਟ ਦੇ ਕੋਲ ਘੱਟੋ ਘੱਟ 6 ਮਹੀਨੇ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਜਿਹਨੇ BSc ਨਰਸਿੰਗ ਕੀਤੀ ਉਹਨੂੰ 6 ਮਹੀਨੇ ਦਾ ਐਕਸਪੀਰੀਅੰਸ ਦਿਖਾਉਣਾ ਪਏਗਾ ਜਿਹਨੇ GNM ਨਰਸਿੰਗ ਕੀਤੀ ਹੈ ਉਹਨੂੰ 1 ਸਾਲ ਦਾ ਐਕਸਪੀਰੀਅੰਸ ਮਿਨੀਮਮ ਦਿਖਾਉਣਾ ਪਏਗਾ ਕਿਸੇ ਵੀ ਕਲੀਨਿਕਲ ਉਹਦੇ ਵਿੱਚ ਹੋਸਪਿਟਲ ਦੇ ਵਿੱਚ ਸੋ ਉਹਦੇ ਨਾਲ ਤੁਸੀਂ ਬਾਅਦ 'ਚ ਆਪਣਾ RN ਦਾ ਟੈਸਟ ਪਾਸ ਕਰ ਸਕਦੇ ਹੋ ਜਿਹੜੇ ਵਿਆਹੇ ਹੋਏ ਜੋੜੇ ਨੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ ਕੋਈ ਚਿੰਤਾ ਵਾਲਾ ਵਿਸ਼ਾ ਨਹੀਂ ਫੰਡਸ ਨਵੇਂ ਅਸੈਪਟੇਬਲ ਹੈ ਆਫ ਲੈਟਰ 1 ਹਫ਼ਤੇ 'ਚ ਮਿਲ ਜਾਏਗੀ ਫੀਸ ਬੜੀ ਬੜੀ ਘੱਟ ਫੀਸ 'ਤੇ ਕੇਵਲ $10,000 $5,00,000 ਰੁਪਏ ਫੀਸ ਪੇ ਕਰਕੇ ਤੁਸੀਂ ਆਪਣੀ ਐਡਮਿਸ਼ਨ ਕਰਾ ਕੇ COE ਲੈ ਸਕਦੇ ਹੋ ਐਂਡ ਅਗਲੀ ਫੀਸ ਤੁਸੀਂ ਉੱਥੇ ਜਾ ਕੇ ਪੇ ਕਰ ਸਕਦੇ ਹੋ ਆਪਣੀ $5,00,000 ਰੁਪਇਆ ਟੋਟਲ 10 ਲੱਖ ਦੇ ਵਿੱਚ ਤੁਸੀਂ ਇਹ ਪੂਰਾ ਡਿਪਲੋਮਾ ਕਰ ਲੈਣਾ ਕੰਪਲੀਟ 30 ਲੱਖ ਰੁਪਏ ਤੁਸੀਂ BSc ਨਰਸਿੰਗ ਕਰਨ ਦੇ ਮੁਕਾਬਲੇ ਬਚਾ ਸਕਦੇ ਹੋ 2 ਸਾਲ ਦਾ ਸਮਾਂ ਬਚਾ ਸਕਦੇ ਹੋ ਇਹਦੇ ਬਾਬਤ ਕਿਸੇ ਦਾ ਕੋਈ ਸਵਾਲ ਹੋਵੇ ਕੋਈ ਨਰਸਿੰਗ ਪ੍ਰੋਫਾਈਲ ਵਾਲਾ ਐਪਲੀਕੈਂਟ ਮੇਰੇ ਨਾਲ ਜੁੜ ਕੇ ਆਪਣਾ ਕੋਈ ਕਨਫਿਊਜ਼ਨ ਕੋਈ ਸਵਾਲ ਦੂਰ ਕਰਨਾ ਚਾਹੁੰਦਾ ਹੋਵੇ ਤਾਂ ਕਰ ਸਕਦਾ ਉਸ ਤੋਂ ਬਾਅਦ ਮੈਂ ਨੈਕਸਟ ਫਿਰ ਕੈਨੇਡਾ ਦੇ ਟੋਪਿਕ ਵੱਲ ਵਧਣ ਦੀ ਕੋਸ਼ਿਸ਼ ਕਰਾਂਗਾ ਇਸ ਤੋਂ ਇਲਾਵਾ ਕੋਈ ਵੀ 5.5 ਬੈਂਡਸ ਵਾਲਾ ਐਪਲੀਕੈਂਟ ਜਿਹਨੇ 2018-19 +2 ਪਾਸ ਕੀਤੀ ਹੈ ਨੰਬਰ 60% ਉੱਪਰ ਹੀ ਕੈਨ ਅਪਲਾਈ ਇਨ ਵੈਟ ਕੋਰਸਿਸ ਜਿਹ 'ਚ ਵੀਜ਼ਾ ਸਕਸੈਸ ਰੇਟ 60-70% ਹੈ ਸਾਡੇ ਪਿੰਡ ਬੈਂਡ ਦੇ ਆਸਟ੍ਰੇਲੀਆ ਦੇ ਕੇਸਿਸ ਡਿਪਲੋਮਾ ਸ਼੍ਰੇਣੀ 'ਚ ਅਪਲਾਈ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ 6 ਬੈਂਡ ਨੇ ਉਹ ਫਰਦਰ ਡਿਗਰੀ ਲਈ ਯੂਨੀਵਰਸਿਟੀ 'ਚ ਅਪਲਾਈ ਕਰ ਸਕਦੇ ਆ ਸਪਾਊਸ ਨਾਲ ਜਾ ਸਕਦਾ ਹੈ ਫੰਡਸ ਨੂੰ ਲੈ ਕੇ ਥੋੜ੍ਹੀ ਬਹੁਤੀ ਕਨਫਿਊਜ਼ਨ ਬੱਚਿਆਂ 'ਚ ਨੇ ਬਟ ਜਿਹੜੇ ਪੇਰੈਂਟਸ ਇਨਕਮ ਹੈ ਜੋ ਤੁਹਾਡੀ ਜੋ ਤੁਸੀਂ ਜਮ੍ਹਾਂ ਪੂੰਜੀ ਹੁਣ ਤੱਕ ਜੋੜੀ ਉਹਦੀ ਸਾਰੀ ਸਟੇਟਮੈਂਟ ਲੈ ਕੇ ਇੱਕ ਵਾਰ ਜ਼ਰੂਰ ਇਹ ਦਫ਼ਤਰ 'ਚ ਮੇਰੇ ਐਕਸਪਰਟ ਕਾਊਂਸਲਰਸ ਨੂੰ ਮਿਲਿਓ ਦੇ ਕੈਨ ਗਾਈਡ ਯੂ ਇਨ ਅ ਬੈਟਰ ਵੇ ਕਿ ਤੁਸੀਂ ਉਹਨਾਂ ਫੰਡਸ ਨੂੰ ਕਿਵੇਂ ਯੂਟੀਲਾਈਜ਼ ਕਰ ਸਕਦੇ ਹੋ ਹੁੰਦਾ ਕਿ ਕਈ ਵਾਰ ਬਹੁਤੇ ਲੋਕਾਂ ਦੇ ਘਰਾਂ 'ਚੋਂ ਫੰਡ ਨਿਕਲ ਆਉਂਦੇ ਆ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਕਿਹਦੇ ਕਿਹਦੇ ਫੰਡ ਅਸੈਪਟੇਬਲ ਹੈ ਫੋਰ ਐਗਜ਼ਾਮਪਲ ਉਹਨਾਂ ਕੋਲ ਦਾਦੇ ਦੀ 5 ਲੱਖ ਦੀ FD ਕੋਈ ਪੁਰਾਣੀ ਪਈ ਹੈ ਕੋਈ ਦਾਦੀ ਦੀ 4-5 ਲੱਖ ਰੁਪਏ ਦੀ FD ਪੁਰਾਣੀ ਪਈ ਹੈ ਦੇ ਕੈਨ ਆਲਸੋ ਉਹ 9-10 ਲੱਖ ਰੁਪਏ ਵੀ ਐਡ ਕੀਤਾ ਜਾ ਸਕਦਾ ਆਪਣੇ ਫੰਡਸ ਦੇ ਵਿੱਚ ਪਰ ਉਹਨੂੰ ਪਤਾ ਹੀ ਨਹੀਂ ਹੁੰਦਾ ਤੁਹਾਡਾ ਕੋਈ ਨਾਨਾ ਹੈ ਜਾਂ ਨਾਨੀ ਹੈ ਜਾਂ ਤੁਹਾਡਾ ਭਰਾ ਹੈ
ਉਹਨਾਂ ਦੇ ਕੋਈ ਡਾਕਖਾਨੇ 'ਚ ਪੈਸਾ ਪਿਆ, ਕੋਈ ਆਰ ਡੀ ਕਰਾਈ ਹੈ, ਦੇ ਆਰ ਆਲਸੋ ਅਸੈਪਟੇਬਲ, ਉਹ ਵੀ ਫੰਡ ਅਸੈਪਟ ਕੀਤੇ ਜਾ ਸਕਦੇ ਆ। ਕੋਈ ਗਵਰਨਮੈਂਟ ਇੰਪਲਾਈ ਤੁਹਾਡੇ ਪੇਰੈਂਟਸ ਵਿੱਚੋਂ ਕੋਈ ਕੰਮ ਕਰਦਾ, ਸਰਕਾਰੀ ਮੁਲਾਜ਼ਮ ਹੈ, ਉਹਦਾ ਜੀ ਪੀ ਫੰਡ 10 ਲੱਖ ਰੁਪਏ 15 ਲੱਖ ਰੁਪਏ ਜਮ੍ਹਾਂ ਹੋਇਆ, ਉਹ ਵੀ ਤੁਹਾਡੇ ਫੰਡ ਵਿੱਚ ਨਾਲ ਐਡ ਔਨ ਕੀਤਾ ਜਾ ਸਕਦਾ। ਸੋ ਲੈਕ ਆਫ ਇਨਫੋਰਮੇਸ਼ਨ, ਨੌਲੇਜ ਦੀ ਘਾਟ ਹੋਣ ਕਰਕੇ ਆਪਾਂ ਨੂੰ ਲੱਗਦਾ ਕਿ ਸਾਡੇ ਕੋਲ ਫੰਡਸ ਨਹੀਂ ਹੈਗੇ, ਉਦੋਂ ਫਿਰ ਅਸੀਂ ਏਜੰਟ ਨਾਲ ਗੰਢ ਧੁੱਪ ਕਰਕੇ ਵਿਆਜੀ ਪੈਸੇ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਫੰਡ ਸ਼ੋਅ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਸਾਨੂੰ ਫਿਰ ਵਿਆਜ ਪੰਡਾਂ ਦੀ ਪੰਡ ਭਰ ਕੇ ਦੇਣੇ ਪੈਂਦੇ ਆ, ਉਦੋਂ ਫਿਰ ਸਾਨੂੰ ਲੱਗਦਾ ਕਿ ਸਾਡੇ ਨਾਲ ਠੱਗੀ ਵੱਜ ਗਈ। ਸੋ ਇਹਨਾਂ ਚੀਜ਼ਾਂ ਨੂੰ ਬਚਣ ਦੀ ਲੋੜ ਆ ਦੋਸਤੋ। ਫੇਅਰ ਇਨਫੋਰਮੇਸ਼ਨ ਦੇ ਲਈ, ਸੱਚੀ ਸੁੱਚੀ ਸਲਾਹ ਦੇ ਲਈ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ ਮਿਲਿਆ ਜਾ ਸਕਦਾ। ਤੁਹਾਡਾ ਕੋਈ ਭਰਾ ਜਾਂ ਭੈਣ ਜਾਂ ਦੋਸਤ, ਤੁਹਾਡਾ ਕੋਈ ਸੱਜਣ ਮਿੱਤਰ ਕੈਨੇਡਾ 'ਚ ਪੜ੍ਹ ਰਿਹਾ, ਉਹਨੂੰ ਕਿਸੇ ਤਰ੍ਹਾਂ ਦੇ ਵੀਜ਼ਾ ਵਧਾਉਣ ਨੂੰ ਲੈ ਕੇ, ਪੀ ਆਰ ਨੂੰ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਮੇਰੇ ਮਿਸੀ ਸਾਗ ਆਫਿਸ ਕੰਟੈਕਟ ਕੀਤਾ ਜਾ ਸਕਦਾ। ਮੈਲਬਨ ਦੇ ਵਿੱਚ ਤੁਸੀਂ ਮੇਰੇ ਆਫਿਸ ਸੰਪਰਕ ਕਰਨਾ ਚਾਹੁੰਦੇ ਹੋ, ਉੱਥੇ ਮੈਡਮ ਐਂਜਲਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਮੈਲਬਨ ਦੇ ਵਿੱਚ ਸਾਡਾ ਆਫਿਸ ਹੈ। ਸੋ ਇੰਡੀਆ ਦੇ ਵਿੱਚ ਤਾਂ ਆਫਿਸਰਸ ਦੇ ਨਾਲ ਨਾਲ ਮੈਲਬਨ ਔਰ ਕੈਨੇਡਾ ਵਿੱਚ ਵੀ ਆਫਿਸ ਦੀ ਸ਼ੁਰੂਆਤ ਕੀਤੀ ਗਈ ਹੈ ਤੁਹਾਡੀ ਫੈਸਿਲਿਟੀ ਲਈ, ਤਾਂ ਕਿ ਬੱਚੇ ਨੂੰ ਵੀਜ਼ਾ ਲੱਗਣ ਤੋਂ ਬਾਅਦ ਫਰਦਰ ਪੋਸਟ ਲੈਂਡਿੰਗ ਸਰਵਿਸਿਜ਼ ਦੀਆਂ ਸੇਵਾਵਾਂ ਨਾ ਦਿੱਤੀਆਂ ਜਾ ਸਕਣ। ਸੋ ਨੈਕਸਟ ਟੋਪਿਕ ਮੇਰਾ ਰਹੇਗਾ ਕੈਨੇਡਾ ਦਾ, ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਊਂਗਾ। ਤੁਸੀਂ ਇੱਕ ਇੱਕ ਕਰਕੇ ਮੈਨੂੰ ਆਪਣੀ ਸਾਰੀ ਪ੍ਰੋਫਾਈਲ ਇੱਕ ਮੈਸੇਜ ਛੱਡ ਦਿਓ, ਤੁਹਾਡਾ ਉਹ ਮੈਸੇਜ ਪੜ੍ਹਨ ਤੋਂ ਬਾਅਦ, ਸਵਾਲ ਪੜ੍ਹਨ ਤੋਂ ਬਾਅਦ ਮੈਂ ਨਾਲ ਦੇ ਨਾਲ ਔਨ ਦਾ ਸਪੋਰਟ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਹਾਲੇ ਹੋਰ ਅੱਧਾ ਘੰਟਾ ਮੇਰੇ ਕੋਲ ਸਮਾਂ ਹੈ, ਸੋ ਟਾਈਮ ਇਜ਼ ਇਨਫ। ਸੋ ਅਗਲੇ ਅੱਧਾ ਘੰਟਾ ਹੋਰ ਮੇਰੇ ਨਾਲ ਅਗਰ ਲਾਈਵ ਰਹਿ ਸਕਦੇ ਹੋ, ਤਾਂ ਕੋਈ ਚੰਗੀਆਂ ਗੱਲਾਂ ਤੁਹਾਨੂੰ ਮਿਲ ਗਈਆਂ ਇਸ ਗੱਲ ਦਾ ਦਾਅਵਾ ਕਰਦਾ। ਐਂਡ ਉਹ ਚੰਗੀਆਂ ਗੱਲਾਂ ਅਗਰ ਤੁਸੀਂ ਆਪਣੇ ਕਿਸੇ ਭੈਣਾਂ ਭਰਾਵਾਂ ਤੱਕ ਸ਼ੇਅਰ, ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦਿੰਦੇ ਆ, ਤਾਂ ਕਿਸੇ ਦੀ ਜ਼ਿੰਦਗੀ ਬਣ ਜਾਏਗੀ। ਸੋ ਸਪਟੰਬਰ ਜਾਣ ਕੈਨੇਡਾ ਵਿੱਚ ਸਪਟੰਬਰ ਇੰਟੇਕ 'ਚ ਜਾਣ ਵਾਲੇ ਚਾਹਵਾਨਾਂ ਲਈ ਇੱਕ ਖੁਸ਼ਖਬਰੀ ਹੈ ਕਿ ਨਵੇਂ 3 ਕਾਲਜ ਐਡ ਹੋਏ ਨੇ ਜੀ ਆਰ ਐਸ ਗੁਬਲ ਦੀ ਝੋਲੀ ਦੇ ਵਿੱਚ, ਜਿਹਦੇ 'ਚ ਇੱਕ ਹੈਮਿਲਟਨ ਕੈਂਪਸ ਹੈ, ਮਿਸੀਸਾਗਾ ਕੈਂਪਸ ਹੈ, ਐਂਡ ਟੋਰੋਂਟੋ ਕੈਂਪਸ ਹੈ, ਜਿਨ੍ਹਾਂ 'ਚ ਸਪਤੰਬਰ ਇਨਟੇਕ ਲਈ ਆਈ ਟੀ, ਪ੍ਰੋਜੈਕਟ ਮੈਨੇਜਮੈਂਟ, ਬਿਜ਼ਨਸ ਮੈਨੇਜਮੈਂਟ, ਅਕਾਊਂਟਿੰਗ ਦੇ ਪ੍ਰੋਗਰਾਮਸ, ਨੈਟਵਰਕਿੰਗ ਦੇ ਪ੍ਰੋਗਰਾਮਸ, ਆ 5-6 ਤਰ੍ਹਾਂ ਦੇ ਪ੍ਰੋਗਰਾਮਸ ਅਵੇਲੇਬਲ ਆ, ਜਿਨ੍ਹਾਂ 'ਚ ਆਈ ਟੀ ਵਾਲਾ ਨੋਨ ਮੈਡੀਕਲ ਵਾਲਾ ਵੀ ਕਵਰ ਹੋ ਜਾਂਦਾ, ਐਂਡ ਉਹਦੇ ਵਿੱਚ ਕਾਮਰਸ ਵਾਲਾ ਵੀ ਕਵਰ ਹੋ ਗਿਆ, ਆਰਟਸ ਵਾਲਾ ਵੀ ਕਵਰ ਹੋ ਗਿਆ, ਔਰ ਮੈਡੀਕਲ ਵਾਲੇ ਬੱਚਿਆਂ ਲਈ ਆਫਿਸ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਅਵੇਲੇਬਲ ਹੈ। ਸੋ ਇਹ ਸਾਰੇ ਪ੍ਰੋਗਰਾਮ ਸਾਰੇ ਮੋਡਿਊਲਸ ਦੇ ਬੱਚਿਆਂ ਲਈ ਕਵਰ ਹੋ ਸਕਦੇ ਨੇ, ਜਿਨ੍ਹਾਂ ਨੇ ਮੈਡੀਕਲ ਪੜ੍ਹਾਈ ਕੀਤੀ ਹੈ ਜਾਂ ਨੋਨ ਮੈਡੀਕਲ ਕੀਤੀ ਹੈ ਜਾਂ ਕਾਮਰਸ ਵਿੱਚ ਕੀਤੀ ਜਾਂ ਹਿਊਮੈਨਿਟੀਜ਼ ਦੇ ਵਿੱਚ ਕੀਤੀ ਹੈ। ਸੋ ਅਗਰ ਤੁਸੀਂ ਸਪਟੰਬਰ ਇਨਟੇਕ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ, ਅੱਜ 1 ਜੁਲਾਈ ਹੋ ਚੁੱਕੀ ਹੈ, 30 ਜੁਲਾਈ ਤੱਕ ਕੇਸ ਐਮਬੈਸੀ ਪਾਉਣ ਦੀ ਲਾਸਟ ਡੇਟ ਹੈ। ਅਗਰ ਤੁਸੀਂ ਆ ਕੇ ਸਾਡੇ ਆਫਿਸ 'ਚ ਅਪਲਾਈ ਕਰਦੇ ਹੋ, 1 ਦਿਨ ਦੇ ਵਿੱਚ ਆਫਰ ਲੈਟਰ ਦਊਂਗਾ ਔਰ 1 ਦਿਨ ਦੇ ਵਿੱਚ ਲੈਟਰ ਆਫ ਐਕਸੈਪਟੈਂਸ ਮਿਲ ਜਾਏਗਾ। ਵਿਦਇਨ 3 ਡੇਜ਼ ਕੇਸ ਐਮਬੈਸੀ ਚੱਲ ਜਾਏਗਾ। ਅਗਰ ਤੁਹਾਡਾ ਆਲਰੇਡੀ ਪਹਿਲਾਂ ਰਿਫਿਊਜ਼ ਹੋ ਚੁੱਕਿਆ, ਉਹਦਾ ਮਤਲਬ ਇਹ ਕਿ ਤੁਹਾਡਾ ਮੈਡੀਕਲ ਪਹਿਲਾਂ ਉਹੀ ਚੱਲ ਜਾਏਗਾ, ਤੁਹਾਡਾ ਜੀ ਐੱਸ ਸੀ ਪੁਰਾਣਾ ਉਹੀ ਚੱਲ ਜਾਏਗਾ। ਅਸੀਂ ਨਵੇਂ ਕਾਲਜ ਤੋਂ ਦਾਖਲਾ ਕਰਾ ਕੇ ਤੁਹਾਡੀ ਐੱਲ ਓ ਏ ਲੈ ਕੇ ਆਪਾਂ ਵੀਜ਼ਾ ਅਪਲਾਈ ਕਰ ਦਾਂਗੇ, ਐਂਡ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ, ਇਹ ਜਿਹੜੇ ਕਾਲਜ ਦੀ ਆਪਾਂ ਗੱਲ ਕਰ ਰਹੇ ਹਾਂ। ਬਟ ਜੇ ਕੋਈ ਬੱਚਾ ਕਹਿੰਦਾ ਜੀ ਗੌਰਮੈਂਟ ਕਾਲਜ ਪੜ੍ਹਨ ਜਾਣਾ, ਮੈਂ ਤਾਂ ਸ਼ੈਰਡਨ ਕਾਲਜ ਪੜ੍ਹਨ ਜਾਣਾ ਜਾਂ ਮੈਂ ਤਾਂ ਮੋਹਾਕ ਕਾਲਜ ਪੜ੍ਹਨ ਜਾਣਾ, ਉਹਨਾਂ ਬੱਚੇ ਨੂੰ ਜਨਵਰੀ ਇਨਟੇਕ ਮਿਲੇਗਾ। 6 ਬੈਂਡ ਈਚ ਦੀ ਰਿਕੁਆਇਰਮੈਂਟ ਹੈ, ਫੀਸ ਆਪਣੇ ਕੋਲੋਂ 1 ਸਾਲ ਦੀ ਲਗਭਗ $15,000 ਤੋਂ ਲੈ ਕੇ $16,000 ਭਰਨੀ ਪਏਗੀ। ਉਹ ਆਪਸ਼ਨ ਉਹਨਾਂ ਸਟੂਡੈਂਟ ਦੇ ਲਈ ਜਿਹੜੇ ਜਨਵਰੀ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਹੋ, ਬਟ ਆਹ ਵਾਲਾ ਨਿਯੋਤਾ ਜਾਂ ਇਨਵੀਟੇਸ਼ਨ ਕੇਵਲ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਫੀਸ ਬਾਅਦ 'ਚ ਭਰਨਾ ਚਾਹੁੰਦੇ ਨੇ, ਔਰ ਉਹ ਇਹਨਾਂ ਪ੍ਰਾਈਵੇਟ ਕਾਲਜ 'ਚ ਪੜ੍ਹਨ ਜਾ ਸਕਦੇ ਨੇ, ਐਂਡ ਉਹਨਾਂ ਨੂੰ ਕਿਵੇਂ ਪੜ੍ਹਾਈ ਤੋਂ ਬਾਅਦ ਵਰਕ ਮਿਲੇਗਾ, ਮੈਂ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰ ਸਕਦਾ। ਪੜ੍ਹਾਈ ਵੀ ਹੋਏਗੀ 2 ਸਾਲ ਦੀ, ਬਾਅਦ 3 ਸਾਲ ਦਾ ਵਰਕ ਪਾਉਣ ਵੀ ਮਿਲੇਗਾ। ਉਹ ਮੇਰੇ ਜਲੰਧਰ ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ 'ਚ ਆ ਕੇ ਵਿਜ਼ਿਟ ਕਰ ਸਕਦੇ ਨੇ, ਤਾਂ ਕਿ ਉਹਨਾਂ ਨੂੰ ਪ੍ਰੋਪਰ ਪਲੈਨ ਆਊਟ ਕਰਕੇ ਦੱਸਿਆ ਜਾ ਸਕੇ ਕਿ ਪੜ੍ਹਾਈ ਦੇ ਨਾਲ ਕਿਵੇਂ ਤੁਸੀਂ ਫਰਦਰ ਆਪਣੀ ਪੀ ਆਰ ਜਾਂ ਆਪਣੀ ਸੈਟਲਮੈਂਟ ਦਾ ਰਸਤਾ ਤੈਅ ਕਰਨਾ। ਸੋ ਜਿਹੜੇ ਬੱਚੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ, ਕਿਊਬਿਕ ਤੋਂ ਆਲਰੇਡੀ ਸੀ ਏ ਕੋਈ ਲੈਟਰ ਉਹਨੇ ਅਪਲਾਈ ਕੀਤਾ ਹੋਏਗਾ, ਉਹੀ ਸੀ ਏ ਕੋਈ ਲੈਟਰ ਵੈਲਿਡ ਹੈ, ਉਹੀ ਮੈਡੀਕਲ ਵੈਲਿਡ ਹੈ, ਉਹਦੇ ਨਾਲ ਤੁਸੀਂ ਫਿਰ ਦੁਬਾਰਾ 3 ਦਿਨ ਦੇ ਵਿੱਚ ਕੇਸ ਐਮਬੈਸੀ ਲੌਂਚ ਕਰ ਸਕਦੇ ਹੋ। ਸੋ ਸਟਿਲ ਅਗਰ ਤੁਸੀਂ ਸਪਤੰਬਰ ਇਨਟੇਕ ਦੀਆਂ ਸੀਟਸ ਅਵੇਲ ਕਰਨਾ ਚਾਹੁੰਦੇ ਹੋ, ਕੈਨੇਡਾ ਪੜ੍ਹਨ ਜਾ ਕੇ ਇੱਕ ਚੰਗੀ ਜ਼ਿੰਦਗੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ, ਤਾਂ ਮੇਰੇ ਜਲੰਧਰ ਮੋਹਾਲੀ ਔਰ ਨਵਾਂਸ਼ਹਿਰ ਆਫਿਸਿਸ ਵਿੱਚ ਮੇਰੀ ਐਕਸਪਰਟ ਟੀਮ ਨੂੰ ਮਿਲਿਆ ਜਾ ਸਕਦਾ। ਮੇਰੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਥਰਸਡੇ ਵਾਲੇ ਦਿਨ ਨਵਾਂਸ਼ਹਿਰ ਆਫਿਸ ਔਰ ਫਰਾਈਡੇ ਵਾਲੇ ਦਿਨ ਮੋਹਾਲੀ ਆਫਿਸ ਮਿਲਿਆ ਜਾ ਸਕਦਾ। ਅੱਜ ਮੈਂ ਜਲੰਧਰ ਆਫਿਸ ਅਵੇਲੇਬਲ ਸੀ, ਬੜੀ ਵੱਡੀ ਗਿਣਤੀ 'ਚ ਲੋਕਾਂ ਨੇ ਆ ਕੇ ਮਤਲਬ ਆਪਣੀ ਆਪਣੀ ਕੁਆਰੀਜ਼ ਨੂੰ ਸੋਰਟ ਆਊਟ ਕੀਤਾ, ਮੇਰੀ ਟੀਮ ਨੂੰ ਮਿਲੇ, ਮੈਨੂੰ ਮਿਲੇ, ਉਹਨਾਂ ਸਾਰੇ ਲੋਕਾਂ ਦਾ ਧੰਨਵਾਦ, ਥੈਂਕ ਯੂ ਸੋ ਵੈਰੀ ਮੱਚ। ਹਰ ਮੰਡੇ ਨੂੰ ਵੈਸੇ ਸੈਮੀਨਾਰ ਵਰਗਾ ਮਾਹੌਲ ਲੱਗਦਾ, ਅੱਜ ਇੱਕ ਬੱਚਾ ਆਇਆ ਮਾਛੀ ਵਾਲੇ ਤੋਂ, ਕਹਿੰਦਾ ਭਾਅ ਜੀ ਤੁਸੀਂ ਸੈਮੀਨਾਰ ਬਹੁਤ ਘੱਟ ਕਰਦੇ ਹੋ, ਸਾਲ 'ਚ ਇੱਕ ਅੱਧਾ ਅਸੀਂ ਕਰਦੇ ਹੋ, ਬਾਕੀ ਕੰਸਲਟੈਂਟ ਹਰ 2-2 ਮਹੀਨੇ ਬਾਅਦ ਸੈਮੀਨਾਰ ਕਰਦੇ ਰਹਿੰਦੇ ਆ ਵੱਡੇ ਵੱਡੇ ਹੋਟਲਾਂ 'ਚ ਬੁੱਕ ਕਰਵਾ ਕੇ। ਮੈਂ ਕਿਹਾ ਬ੍ਰਦਰ ਸਾਡੇ ਦਫ਼ਤਰ ਆ ਕੇ ਦੇਖੋ, ਤੁਸੀਂ ਹਰ ਸੋਮਵਾਰ ਵਾਲੇ ਦਿਨ ਵੈਸੇ ਹੀ ਸੈਮੀਨਾਰ ਦਾ ਮਾਹੌਲ ਰਹਿੰਦਾ। ਜਦੋਂ ਮੈਂ ਨਵੇਂ ਸ਼ਹਿਰ ਦਫ਼ਤਰ ਹੁੰਦਾ
ਫਲਾਣ ਕਰ ਦਾਂਗੇ, ਢੀਂਗ ਕਰ ਦਾਂਗੇ। ਸੋ ਸਭ ਜਵਾਬ ਦਿਖਾਏ ਜਾਂਦੇ ਆ। ਹੁਣ ਆਪੇ ਹਿਸਾਬ ਲਾ ਕੇ ਦੇਖੋ ਤੁਸੀਂ, ਜਿਹੜੇ ਬ੍ਰਾਂਡ, ਜਿਹੜੀਆਂ ਦੁਕਾਨਾਂ, ਜਿਹੜੇ ਸਟੋਰਾਂ ਦੇ ਉੱਤੇ ਸਮਾਨ ਜਦੋਂ ਨਹੀਂ ਵਿਕਦਾ ਤਾਂ ਅਖੀਰ 'ਚ ਫਿਰ ਸੇਲ ਲਾ ਦਿੰਦੇ ਆ ਵੀ ਆ ਜਾਓ ਹੁਣ ਇੱਕ ਨਾ ਇੱਕ ਫਰੀ, 50% ਸੇਲ, 70% ਸੇਲ, 90% ਸੇਲ। ਉਹ ਕਿਉਂ ਲਾਉਂਦੇ ਆ? ਕਿਉਂਕਿ ਉਹ ਲੋਕਾਂ ਨੂੰ ਹੋਰ ਅਟਰੈਕਟ ਕਰਨਾ ਚਾਹੁੰਦੇ ਆ, ਰਸ਼ ਪਾਉਣਾ ਚਾਹੁੰਦੇ ਆ ਵੀ ਜਿਹੜਾ ਸਮਾਨ ਨਹੀਂ ਵਿਕਿਆ ਵੇਚ ਲਈਏ। ਅਤੇ ਉਹ ਸੇਲ ਵਾਲਾ ਕੰਮ ਮੈਨੂੰ ਲੱਗਦਾ ਖੈਰ ਇਸ ਪ੍ਰੋਫੈਸ਼ਨ 'ਚ ਨਹੀਂ ਹੋਣਾ ਚਾਹੀਦਾ, ਬਿਕੋਜ਼ ਵੀ ਆਰ ਇਨ ਟੂ ਸਰਵਿਸ ਸੈਕਟਰ। ਜੇ ਅਸੀਂ ਕਿਸੇ ਬੱਚੇ ਦੀ ਜ਼ਿੰਦਗੀ ਨਾਲ ਸੇਲ ਵਰਗਾ ਵਰਤਾਵ ਕਰਾਂਗੇ ਤਾਂ ਮੇਰੇ ਖਿਆਲ ਨਾਲ ਆਪਣੇ ਪ੍ਰੋਫੈਸ਼ਨ ਦੇ ਨਾਲ ਹੀ ਇੱਕ ਜੈਨੂਨ ਜਾਂ ਇੱਕ ਸਹੀ ਨਹੀਂ ਹੋਏਗਾ, ਕਿਉਂਕਿ ਅਸੀਂ ਇੱਕ ਪ੍ਰੋਫੈਸ਼ਨ ਲੋਕ ਹਾਂ। ਇੱਕ ਡਾਕਟਰ ਵਾਂਗ, ਇੱਕ ਇੰਜੀਨੀਅਰ ਵਾਂਗ, ਇੱਕ ਵਕੀਲ ਵਾਂਗ ਅਸੀਂ ਵੀ ਸਰਵਿਸਿਜ਼ ਦਿੰਦੇ ਹਾਂ, ਪਰ ਜਿਹੜਾ ਕੰਸਲਟੈਂਟ ਆਪਣੇ ਆਪ ਨੂੰ ਪ੍ਰੋਫੈਸ਼ਨਲ ਸਮਝਦਾ ਹੋਵੇ ਉਹਦੇ ਲਈ ਗੱਲ ਹੈ। ਜਿਹਨੂੰ ਪਤਾ ਵੀ ਮੈਂ ਇੱਕ ਬਸ ਏਜੰਟ ਹਾਂ, ਮੇਰਾ ਕੰਮ ਸਿਰਫ ਵੀਜ਼ੇ ਲਵਾਉਣ ਦਾ, ਮੈਂ 5 ਲੱਖ ਲੈ ਕੇ, 10 ਲੱਖ ਲੈ ਕੇ ਜਾਂ 2 ਲੱਖ ਲੈ ਕੇ, ਮੈਂ ਤਾਂ ਵੀਜ਼ੇ ਦੀ ਗੱਲ ਕਰਨੀ ਹਾਂ, ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੀ ਵਾਕਈ ਐਜੂਕੇਸ਼ਨ, ਜਿਹੜੀ ਸਟੱਡੀ ਅਬਰੋਡ ਹੈ, ਓਵਰਸੀਜ਼ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਨੇ, ਓਵਰਸੀਜ਼ ਐਜੂਕੇਸ਼ਨ ਨੂੰ ਲੈ ਕੇ ਉਹ ਅਲੱਗ ਅਲੱਗ ਕੰਟਰੀਜ਼ ਦੇ ਯੂਨੀਵਰਸਿਟੀਜ਼ ਵੱਲੋਂ ਰਜਿਸਟਰਡ ਨੇ ਜਾਂ ਰਿਪ੍ਰਜੈਂਟੇਟਿਵ ਨੇ ਜਾਂ ਉਹਨਾਂ ਵੱਲੋਂ ਲਾਇਸੈਂਸਡ ਨੇ। ਸੋ ਉਹਨਾਂ ਕੰਸਲਟੈਂਟ ਦੀ ਮੈਂ ਗੱਲ ਕਰ ਰਿਹਾ। ਸੋ ਪੰਜਾਬ ਵਿੱਚ ਬੜੇ ਗਿਣਤੀ ਦੇ, ਕੋਈ ਉਂਗਲਾਂ ਦੇ ਗਿਣੇ ਜਾ ਸਕਦੇ ਇਹੋ ਜਿਹੇ ਕੰਸਲਟੈਂਟ ਨੇ ਜਿਹੜੇ ਵਾਕਈ ਬੱਚੇ ਦੀ ਜ਼ਿੰਦਗੀ ਨੂੰ ਐਜੂਕੇਸ਼ਨ ਨਾਲ ਤੋੜ ਕੇ ਵੇਖਦੇ ਆ ਵੀ ਅੱਜ ਇਹ ਬੱਚਾ ਅਗਰ 10 ਲੱਖ ਰੁਪਏ ਲਾ ਕੇ ਜਾਂ 20 ਲੱਖ ਰੁਪਏ ਲਾ ਕੇ 2 ਸਾਲ ਦੀ ਆ ਪੜ੍ਹਾਈ ਕਰਦਾ, ਫਿਊਚਰ 'ਚ ਉਹਨੂੰ ਬੈਨੀਫਿਟ ਕੀ ਮਿਲੇਗਾ। ਪਰ ਉੱਦਾਂ ਦੇ ਕੰਸਲਟੈਂਟ ਕੇਵਲ 1% ਰਹਿ ਚੁੱਕੇ ਨੇ ਪੰਜਾਬ ਦੇ ਵਿੱਚ, ਬਾਕੀ 99% ਕੰਸਲਟੈਂਟ ਕੇਵਲ ਔਰ ਕੇਵਲ ਉਹ ਨੇ ਜਿਨ੍ਹਾਂ ਦਾ ਕੰਮ ਹੈ ਟਾਰਗੇਟ ਦੇਣਾ ਆਪਣੀ ਟੀਮ ਨੂੰ, ਕੇਸ ਇਕੱਠੇ ਕਰਾਉਣਾ, ਸ਼ਾਮ ਨੂੰ ਆ ਕੇ ਆਪਣਾ ਬੈਗ ਭਰ ਕੇ ਘਰ ਚਲੇ ਜਾਣਾ ਅਤੇ ਬਸ ਉਹਨੂੰ ਐਜ਼ ਆ ਬਿਜ਼ਨਸ ਪ੍ਰਮੋਟ ਕਰਨਾ। ਦੇ ਹੈਵ ਨਥਿੰਗ ਟੂ ਡੂ ਵਿਦ ਸਟੂਡੈਂਟ ਦੀ ਐਜੂਕੇਸ਼ਨ ਕੀ ਹੈ, ਉਹਨੂੰ ਫਰਦਰ ਕਿਹੜਾ ਕੋਰਸ ਦੇਣਾ। ਦੇ ਹੈਵ ਨਥਿੰਗ ਟੂ ਡੂ ਵਿਦ ਕਾਊਂਸਲਿੰਗ, ਦੇ ਹੈਵ ਨਥਿੰਗ ਟੂ ਡੂ ਵਿਦ ਦਿਸ ਕਰੀਅਰ ਕਾਊਂਸਲਿੰਗ। ਉਹਨੂੰ ਸਿਰਫ ਔਰ ਸਿਰਫ ਵੀਜ਼ੇ ਲਵਾਉਣ ਨਾਲ ਜਾਂ ਵੀਜ਼ੇ ਰਿਫਿਊਜ਼ ਕਰਾਉਣਾ ਮਤਲਬ ਆ। ਖੈਰ ਸਾਡਾ ਉਹ ਇਹੋ ਜਿਹਾ ਵਪਾਰ ਨਹੀਂ, ਸਾਡੇ ਲਈ ਵੀ ਬਿਜ਼ਨਸ ਹੈ, ਬਟ ਇਹ ਬਿਜ਼ਨਸ ਪ੍ਰੋਫੈਸ਼ਨਲ ਬਿਜ਼ਨਸ ਹੈ। ਕਿਉਂਕਿ ਹੁਣ ਤੱਕ ਮੇਰੇ ਨਾਲ ਜਿੰਨੀ ਮੇਰੀ ਟੀਮ ਜੁੜੀ ਹੈ, ਲਗਭਗ ਜਿਹੜੇ ਮੇਰੇ ਫਾਈਲਿੰਗ ਵਾਲੇ ਜਾਂ ਐਡਮਿਸ਼ਨ ਵਾਲੇ ਜਾਂ ਜਿਹੜੇ ਮੇਰੇ ਕਾਊਂਸਲਰ ਮੇਰੇ ਪੁਰਾਣੇ ਮੇਰੇ ਨਾਲ ਜੁੜੇ ਨੇ 6-6-7-7 ਸਾਲ ਤੋਂ, ਉਹਨਾਂ ਨੂੰ ਇੱਕੋ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਲਾਇੰਟ ਨੂੰ ਕਲਾਇੰਟ ਨਹੀਂ ਸਮਝਣਾ, ਤੁਹਾਡਾ ਛੋਟਾ ਭਰਾ ਜਾਂ ਤੁਹਾਡੀ ਭੈਣ ਜਾਂ ਆਪਣਾ ਆਪ ਸਮਝਣਾ ਵੀ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਵੇ, ਤੁਹਾਨੂੰ ਗਲਤ ਸਲਾਹ ਦਿੱਤੀ ਜਾਵੇ, ਤੁਹਾਡੇ 'ਤੇ ਕੀ ਬੀਤੇਗਾ। ਜੋ ਤੁਸੀਂ ਇਹ ਸੋਚ ਕੇ ਕਿਸੇ ਕਲਾਇੰਟ ਨੂੰ ਡੀਲ ਕਰੋਗੇ, ਤੁਸੀਂ ਉਦੋਂ ਅੰਦਰੋਂ ਚਾਹ ਕੇ ਵੀ ਗਲਤ ਬੋਲਣ ਦੀ, ਝੂਠ ਬੋਲਣ ਦੀ ਜਾਂ ਮਿਸਗਾਈਡ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਸੋ ਇਹੋ ਸਾਡੇ ਐਥਿਕਸ ਨੇ ਜਾਂ ਮੇਰੀ ਟੀਮ ਦੇ ਐਥਿਕਸ ਨੇ। ਜੇ ਕਿਸੇ ਦਿਨ ਕਿਸੇ ਆਫਿਸ ਵਿੱਚ ਮੇਰੀ ਅਵੇਲੇਬਿਲਟੀ ਨਹੀਂ ਵੀ ਹੈਗੀ, ਜਿੱਦਾਂ ਅੱਜ ਮੈਂ ਜਲੰਧਰ ਆਫਿਸ ਬੈਠਾ, ਤੁਸੀਂ ਮੋਹਾਲੀ ਆਫਿਸ ਜਾ ਕੇ ਮਿਲਣਾ ਚਾਹੁੰਦੇ ਹੋ, ਉੱਥੇ ਵੀ ਮੇਰੇ ਟੀਮ ਹੈੱਡ ਬੈਠੇ ਨੇ, ਮੇਰੇ ਕਾਊਂਸਲਰ ਬੈਠੇ ਨੇ, ਉਹ ਵੀ ਤੁਹਾਨੂੰ ਮੇਰੇ ਵਾਂਗੂ ਹੀ ਗਾਈਡ ਕਰਨਗੇ ਕਿਉਂਕਿ ਉਹ ਵੀ ਮੇਰੇ ਵੱਲੋਂ ਹੀ ਟ੍ਰੇਨ ਕੀਤੇ ਗਏ ਨੇ। ਨਵੇਂ ਸ਼ਹਿਰ ਆਫਿਸ ਜਾਂਦੇ, ਉੱਥੇ ਮੇਰੀ ਟੀਮ ਬੈਠੀ ਹੈ ਜੋ ਮੇਰੇ ਵੱਲੋਂ ਟਾਈਮ ਟੂ ਟਾਈਮ ਅਪਡੇਟ ਕੀਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ, ਕਿਉਂਕਿ ਸਾਡੇ ਆਫਿਸ, ਸਾਡੀ ਕੰਪਨੀ ਦਾ ਰੂਲ ਹੈ ਕਿ ਅਸੀਂ ਐਵਰੀ ਵੀਕਲੀ ਬੇਸਿਸ 'ਤੇ ਸਟਾਫ ਦੀ ਟ੍ਰੇਨਿੰਗ ਰੱਖਦੇ ਹਾਂ ਤਾਂ ਕਿ ਉਹਨਾਂ ਨੂੰ ਹਰ ਚੀਜ਼ਾਂ ਬਾਰੇ ਅਪਡੇਟ ਕੀਤਾ ਜਾ ਸਕੇ। ਸੋ ਇਹਦੀ ਹੈ ਕਿ ਸਿਰਫ ਇੱਕ ਰਾਹੀ ਨੂੰ ਮਿਲ ਕੇ ਹੀ ਇਨਫੋਰਮੇਸ਼ਨ ਮਿਲ ਸਕਦੀ ਹੈ, ਜਿਹੜੀ ਮੇਰੀ ਟੀਮ ਹੈ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਇੱਕ ਚੰਗੀ, ਇੱਕ ਸੱਚੀ ਸੁੱਚੀ ਸਲਾਹ ਲੈ ਸਕਦੇ ਹੋ। ਸੋ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਸਪਟੰਬਰ ਇਨਟੇਕ ਦੀਆਂ ਸਾਡੇ ਕੋਲ ਸੀਟਸ ਅਵੇਲੇਬਲ ਹੈ। ਮੈਂ ਕਿਹਾ ਫਿਰ ਰਿਪੀਟ ਕਰਦੇ ਹਾਂ, ਮੈਡੀਕਲ ਵਾਲੇ ਬੱਚਿਆਂ ਲਈ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਅਰਲੀ ਚਾਈਲਡਹੁੱਡ ਦਾ ਪ੍ਰੋਗਰਾਮ ਅਵੇਲੇਬਲ ਹੈ, ਕਾਮਰਸ ਵਾਲੇ ਬੱਚਿਆਂ ਲਈ ਬਿਜ਼ਨਸ ਔਰ ਅਕਾਊਂਟਿੰਗ ਦੇ ਪ੍ਰੋਗਰਾਮ ਅਵੇਲੇਬਲ ਨੇ, ਮੈਡੀਕਲ ਵਾਲੇ ਬੱਚਿਆਂ ਲਈ, ਸੋਰੀ ਨੋਨ ਮੈਡੀਕਲ ਵਾਲੇ ਬੱਚਿਆਂ ਲਈ ITਔਰ ਇੰਜੀਨੀਅਰਿੰਗ ਦੇ ਪ੍ਰੋਗਰਾਮ ਅਵੇਲੇਬਲ ਹੈ, ਪ੍ਰੋਜੈਕਟ ਮੈਨੇਜਮੈਂਟ ਜਿਹੜੇ ਬੱਚਿਆਂ ਨੇ ਬੀਟੈਕ ਕੀਤੀ ਜਾਂ ਮਕੈਨੀਕਲ ਡਿਪਲੋਮਾ ਕੀਤਾ ਉਹਨਾਂ ਲਈ ਅਵੇਲੇਬਲ ਹੈ, ਆਰਟਸ ਵਾਲੇ ਬੱਚਿਆਂ ਦੇ ਲਈ ਈਵੈਂਟ ਐਂਡ ਕਾਨਫਰੰਸ ਪਲੈਨਿੰਗ ਦੇ ਮੈਨੇਜਮੈਂਟ ਦੇ ਪ੍ਰੋਗਰਾਮ ਅਵੇਲੇਬਲ ਹੈ, ਹਾਸਪਿਟੈਲਿਟੀ ਟੂਰਿਜ਼ਮ ਮੈਨੇਜਮੈਂਟ ਦੇ ਪ੍ਰੋਗਰਾਮ ਅਵੇਲੇਬਲ ਹੈ। ਸੋ ਸਾਰੇ ਕੋਰਸ ਨੂੰ ਤੁਸੀਂ ਸਪਟੰਬਰ ਇੰਟੇਕ 'ਚ ਟਾਰਗੇਟ ਕਰਨਾ ਚਾਹੁੰਦੇ ਹੋ, ਸਪਟੰਬਰ ਇੰਟੇਕ 'ਚ ਫਾਈਲ ਲੌਂਚ ਕਰਨਾ ਚਾਹੁੰਦੇ ਹੋ, ਇੱਕ ਦਿਨ ਦੇ ਵਿੱਚ ਆਫ ਲੈਟਰ ਦਿੱਤੀ ਜਾਏਗੀ, ਇੱਕ ਦਿਨ ਦੇ ਵਿੱਚ LOA ਦਿੱਤਾ ਜਾਏਗਾ। ਇਹਨਾਂ ਕਾਲਜ ਵਿੱਚ, ਇਹ ਪ੍ਰਾਈਵੇਟ ਕਾਲਜ ਨੇ, ਇਹਨਾਂ 'ਚ ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ। ਜੇ ਤੁਸੀਂ ਕਿਸੇ ਗਵਰਮੈਂਟ ਕਾਲਜ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਫਿਰ ਸਪਟੰਬਰ ਇੰਟੇਕ ਦੀ ਆਪਸ਼ਨਸ ਅਵੇਲੇਬਲ ਆ ਸਾਡੇ ਕੋਲ, ਉਹਦੇ ਲਈ ਆਇਲਟਸ ਬੈਂਡ 6 ਈਚ ਦੀ ਰਿਕੁਆਇਰਮੈਂਟ ਹੈ। ਬਟ ਜੇ ਓਵਰਆਲ 6 ਬੈਂਡ ਕਿਸੇ 'ਚੋਂ 5.5 ਰਹਿ ਗਿਆ, ਜਾਂ ਓਵਰਆਲ 6 ਬੈਂਡ ਕਿਸੇ 'ਚੋਂ 5 ਰਹਿ ਗਿਆ, ਜਾਂ ਓਵਰਆਲ 6 ਕਿਸੇ 2 'ਚੋਂ 5.5 ਰਹਿ ਗਏ, ਤਾਂ ਵੀ ਤੁਸੀਂ ਇਹਨਾਂ ਪ੍ਰੋਗਰਾਮ ਵਿੱਚ ਦਾਖਲਾ ਲੈ ਕੇ ਕੈਨੇਡਾ ਪੜ੍ਹਨ ਜਾਂਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਹੁਣ ਤੁਹਾਡੇ ਲਵਾਂਗੇ ਸਵਾਲ। ਜੇ ਤੁਸੀਂ ਕੋਈ ਅੱਗੇ ਵੀਡੀਓ ਸ਼ੇਅਰ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨਾਂ ਲੋਕਾਂ ਨੇ, ਮੈਂ ਦੇਖ ਰਿਹਾ ਕਾਫੀ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ ਹੋਈ ਹੈ। ਸੋ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਉਹਨਾਂ ਦਾ ਥੈਂਕ ਯੂ ਸੋ ਵੈਰੀ ਮੱਚ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜਿਹੜੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਆਪਣਾ ਇੱਕ ਸਵਾਲ ਮੈਸੇਜ ਦੇ ਰੂਪ 'ਚ ਪਾ ਸਕਦੇ ਨੇ, ਅਤੇ ਮੈਂ ਹੁਣ ਉਹਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਅਗਲੇ 40-20 ਮਿੰਟ ਹੋਰ ਮੈਂ ਲਾਈਵ ਬੈਠਾ ਕਰ ਰਿਹਾ। ਸੋ ਕਾਇੰਡਲੀ ਹਾਲੇ 20 ਮਿੰਟ ਹੋਰ ਨੇ ਤੁਹਾਡੇ ਕੋਲ, ਤੁਸੀਂ ਆਪਣੇ ਸਕਿਆਂ, ਸਾਕ, ਸੰਬੰਧੀਆਂ, ਦੋਸਤਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹ ਮੇਰੇ
ਵਿਕਾਸ ਆਰਿਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਵਿਕਾਸ ਆਰਿਆ ਹੈਲੋ, ਰੀਆ ਸ਼ਰਮਾ ਗੁੱਡ ਈਵਨਿੰਗ, ਅਮਨ ਅਰੋੜਾ ਹੈਲੋ, ਲਾਲੀ ਧਾਲੀਵਾਲ ਸਤਿ ਸ਼੍ਰੀ ਅਕਾਲ ਸਰ, ਮਾਈ ਵਾਈਫ ਡਿਡ ਐਮ ਸੀ ਏ 2015 ਵਿਦ 70%। ਅਸੀਂ ਸਵੀਡਨ ਔਰ ਆਸਟ੍ਰੇਲੀਆ ਦੇ ਸਪਾਊਸ ਵੀਜ਼ਾ ਬਾਰੇ ਪਤਾ ਕਰਨਾ। ਓਕੇ, ਐਂਡ ਵਿਦ ਆਇਲਸ ਵੇਵਰ ਤੁਸੀਂ ਜੋ ਵੀ ਦੱਸ ਦਿਓਗੇ ਸਹੀ ਹੀ ਹੋਏਗਾ, ਸਾਨੂੰ ਤੁਹਾਡੇ 'ਤੇ ਯਕੀਨ ਹੈ। ਲਾਲੀ ਧਾਲੀਵਾਲ ਜੀ, ਥੈਂਕ ਯੂ ਸੋ ਵੈਰੀ ਮੱਚ ਫੋਰ ਟਰੱਸਟ ਔਨ ਮੀ। ਬਟ ਇੱਕ ਗੱਲ ਦਾ ਖਿਆਲ ਰੱਖੋ, ਟਰੱਸਟ ਨਹੀਂ ਕਰਨਾ ਕਿਸੇ 'ਤੇ ਵੀ, ਮੇਰੇ 'ਤੇ ਵੀ ਨਹੀਂ ਕਰਨਾ, ਕਿਸੇ ਟਾਈਮ ਮੇਰਾ ਵੀ ਮਨ ਬਦਲ ਸਕਦਾ, ਮੈਂ ਵੀ ਕਈ ਵਾਰ ਦਿਮਾਗ 'ਚ ਚੋਰ ਬੁੱਧੀ ਲੈ ਕੇ ਆ ਸਕਦਾ। ਚਲੋ, ਜੋ ਕਿ ਦਾ ਪਾਰਟ, ਬਟ ਫਿਰ ਵੀ ਥੈਂਕ ਯੂ ਸੋ ਵੈਰੀ ਮੱਚ, ਤੁਸੀਂ ਤੁਹਾਡਾ ਵਿਸ਼ਵਾਸ ਇਹਨਾਂ ਦਿੱਤਾ। ਬਟ MCA ਤੋਂ ਪਹਿਲਾਂ ਜਿਹੜੀ ਗ੍ਰੈਜੂਏਸ਼ਨ ਕੀਤੀ ਵਾਈਫ ਨੇ, ਜੇ ਤਾਂ BCA ਕੀਤੀ ਹੈ ਜਾਂ BSc IT ਕੀਤੀ, ਫਿਰ ਤਾਂ ਆਇਲਸ ਵੇਵ ਆਫ ਹੋ ਜਾਏਗਾ। ਬਟ ਜੇ BA ਕੀਤੀ ਹੈ, ਬਾਅਦ 'ਚ MCA ਕੀਤੀ ਹੈ, ਫਿਰ ਆਇਲਸ ਵੇਵ ਆਫ ਨਹੀਂ ਹੋਣਾ। ਐਂਡ 2015 ਤੋਂ ਲੈ ਕੇ ਹੁਣ ਤੱਕ ਜੋਬ ਦੇ ਐਕਸਪੀਰੀਅੰਸ ਜੋ ਹੈਗੇ ਨੇ ਉਹ ਨਾਲ ਲਗਾਉਣੇ ਪੈਣਗੇ, ਦੈਨ ਤੁਸੀਂ ਆਪਣੇ ਸਪਾਊਸ ਦੇ ਨਾਲ, ਬੱਚਿਆਂ ਦੇ ਨਾਲ ਸਵੀਡਨ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਲਾਲੀ ਧਾਲੀਵਾਲ ਜੀ ਸਵਾਲ ਦੀ ਸਮਝ ਲੱਗੀ ਹੋਵੇ ਤਾਂ ਥੈਂਕ ਯੂ ਦਾ ਮੈਸੇਜ ਕਰ ਦਿਓ, ਮੰਗ ਕੇ ਥੈਂਕ ਯੂ ਲੈ ਰਿਹਾ। ਐਂਡ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਥੈਂਕ ਯੂ। ਗੁਰਬਾਜ ਸਿੰਘ ਸਰ, ਵਿਦਆਊਟ ਆਇਲਟਸ ਜਰਮਨੀ ਸਟੱਡੀ ਵੀਜ਼ਾ ਲੱਗ ਸਕਦਾ, ਪਲੱਸ ਟੂ ਪਾਸ ਆਊਟ 2015 70% ਮਾਰਕਸ ਨੇ। ਗੁਰਬਾਜ ਸਿੰਘ ਜੀ, ਦੋ ਤਰ੍ਹਾਂ ਦੀ ਐਜੂਕੇਸ਼ਨ ਜਰਮਨੀ 'ਚ ਕਰਵਾਈ ਜਾਂਦੀ ਹੈ। ਪਹਿਲੀ ਹੈ ਇੰਗਲਿਸ਼ ਮੋਡ ਦੇ ਵਿੱਚ, ਮਤਲਬ ਮੋਡ ਆਫ ਇੰਸਟਰਕਸ਼ਨ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਜਾਂਦੀ ਹੈ, ਦੂਜੀ ਡੱਚ ਲੈਂਗੁਏਜ ਪੜ੍ਹਾਈ ਜਾਂਦੀ ਹੈ। ਜਿਹੜੀ ਡੱਚ ਲੈਂਗੁਏਜ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ, ਉਹਦੇ 'ਚ ਸਾਰੀ ਦੀ ਸਾਰੀ ਪੜ੍ਹਾਈ ਤੁਹਾਨੂੰ ਸਕਾਲਰਸ਼ਿਪ ਬੇਸਡ ਹੁੰਦੀ ਹੈ, ਫਰੀ ਹੁੰਦੀ ਹੈ, ਬੱਚਾ ਫਰੀ 'ਚ ਪੜ੍ਹ ਸਕਦਾ। ਪਰ ਉਹਦੇ ਲਈ ਪਹਿਲਾਂ ਜਾ ਕੇ ਉੱਥੇ ਜੈਪਨੀਜ਼ ਜਰਮਨ ਲੈਂਗੁਏਜ ਦਾ, ਡੱਚ ਲੈਂਗੁਏਜ ਦਾ ਜਿਹੜਾ ਕੋਰਸ, ਫਾਊਂਡੇਸ਼ਨ ਕੋਰਸ ਕਰਨਾ ਪੈਂਦਾ, ਜਿਹਦੇ 'ਚ ਬੱਚੇ ਨੇ A1 A2 B1 B2 ਅਤੇ C1 C2 ਦੇ 6 ਇਗਜ਼ਾਮ ਕਲੀਅਰ ਕਰਨੇ ਹੁੰਦੇ ਨੇ। A1 A2 ਦਾ ਇਗਜ਼ਾਮ ਬੱਚਾ ਇੱਥੋਂ ਕਲੀਅਰ ਕਰਕੇ ਜਾ ਸਕਦਾ, ਜਿਹੜੇ B1 B2 ਹੈ ਜਾਂ C1 C2 ਦੇ ਇਗਜ਼ਾਮ ਹੈ, ਉਹ ਬੱਚਾ ਉੱਥੇ ਜਾ ਕੇ ਸਾਲ 'ਚ ਕਲੀਅਰ ਕਰਕੇ ਅਗਲੇ ਸਾਲ ਦੀ ਪੜ੍ਹਾਈ ਬਿਲਕੁਲ ਫਰੀ ਕਰ ਸਕਦਾ, ਔਰ ਵਿਦਆਊਟ ਆਇਲਸ ਕਰ ਸਕਦਾ, ਕਿਉਂਕਿ ਉੱਥੇ ਅੰਗਰੇਜ਼ੀ ਤੋਂ ਬਿਨਾਂ ਵੀ ਜਰਮਨ ਵਿੱਚ ਟੱਚ ਲੈਂਗੁਏਜ 'ਚ ਪੜ੍ਹਾਈ ਕੀਤੀ ਜਾ ਸਕਦੀ ਹੈ। ਸੋ ਜੇ ਸਵਾਲ ਤੋਂ ਸੈਟਿਸਫਾਈ ਹੋ ਤਾਂ ਵੀਡੀਓ ਸ਼ੇਅਰ ਕਰਕੇ ਥੱਲੇ ਮੈਸੇਜ ਕਰ ਦਿਓ, ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਤੁਸੀਂ ਸਵਾਲ ਤੋਂ ਸੈਟਿਸਫਾਈਡ ਹੋ। ਗੁੱਡ ਈਵਨਿੰਗ ਪਾਰੂ ਸ਼ਰਮਾ ਜੀ, ਵੈਰੀ ਗੁੱਡ ਈਵਨਿੰਗ। ਗਗਨਦੀਪ ਗੁੱਡ ਈਵਨਿੰਗ, ਹਰਪ੍ਰੀਤ ਸਿੱਧੂ, ਨਵਨੀਤ ਕੌਰ, ਸਾਰਿਆਂ ਨੂੰ ਗੁੱਡ ਈਵਨਿੰਗ ਜੀ। ਅਮਨ ਏਕੇ, ਸੇਮ ਸੈਕਿੰਡ ਵੀਜ਼ਾ, ਉਹਨਾਂ ਇੱਕੋ ਤੇਰੀ ਫਾਈਲ ਹੈ। ਓਕੇ ਅਮਨ ਏਕੇ ਜੀ, ਮੇਰੇ ਕੋਲ ਬੜਾ ਵਧੀਆ ਜਵਾਬ ਆ, ਕੱਲ੍ਹ ਨੂੰ ਦਫ਼ਤਰ ਆ ਜੋ 11:30 ਵਜੇ ਵੀਜ਼ਾ ਲੱਗਾ ਦਿਖਾ ਦਿੰਦਾ, ਸੇਮ ਸੈਕਿੰਡ 'ਚ ਵੀਜ਼ਾ ਲੱਗ ਗਿਆ। ਹੁਣ ਤੁਹਾਡੇ ਵਰਗੇ ਲੋਕਾਂ ਨੂੰ, ਜਿਹਨਾਂ ਨੂੰ ਵਿਚਾਰਿਆਂ ਨੇ ਹਲੇ ਦੁਨੀਆ ਦੀ ਉਹ ਚੀਜ਼ ਵੇਖੀ ਨਹੀਂ, ਉਹਦੇ ਲਈ ਵਿਸ਼ਵਾਸ ਕਰਨਾ ਔਖਾ ਲੱਗਦਾ, ਤਾਂ ਮੈਂ ਤੁਹਾਡੀ ਭਾਵਨਾਵਾਂ ਸਮਝ ਸਕਦਾ, ਕੋਈ ਗੱਲ ਨਹੀਂ ਦੋਸਤ, ਕਿਸੇ ਗੱਲ ਦਾ ਮੈਨੂੰ ਗੁੱਸਾ ਨਹੀਂ। ਪਰ ਇਹ ਜਿਹੜਾ ਤੁਸੀਂ ਫੇਕ ਲਿਖਿਆ ਨਾ, ਇਹ ਫੇਕ ਦੇ ਸਪੈਲਿੰਗ ਹੀ ਗਲਤ ਆ, ਹੁਣ ਇੱਥੋਂ ਹੀ ਪਤਾ ਲੱਗਣਾ ਕਿ ਬੰਦਾ ਆਪ ਕਿੰਨਾ ਕੁ ਸੱਚਾ। ਸੋ ਮੇਰੇ ਵੀਰ, ਜੇ ਕਿਸੇ ਨੂੰ ਗਲਤ ਕਹਿੰਦੇ ਹੋ ਨਾ, ਇੱਕ ਉਂਗਲ ਤੇਰੇ ਵੱਲ ਜਾਂਦੀ ਹੈ, 3 ਉਂਗਲਾਂ ਮੇਰੇ ਵੱਲ ਵੀ ਆਉਂਦੀਆਂ, ਉਹ ਵੇਖ ਲਿਆ ਕਰੋ। ਫਿਰ ਵੀ ਤੇਰਾ ਧੰਨਵਾਦ ਰੱਬ ਤੋਂ ਜਿਉਂਦਾ ਵੱਸਦਾ ਰੱਖੇ, ਤੈਨੂੰ ਸਮੱਤ ਬੁੱਧੀ ਬਖਸ਼ੇ, ਤੈਨੂੰ ਚੰਗੀ ਅਕਲ ਬਖਸ਼ੇ, ਥੈਂਕ ਯੂ। ਪ੍ਰਭਜੀਤ ਸਿੰਘ ਮੈਸੇਜ, ਸਰ MSc ਸਰ, ਅੱਗੇ ਕੀ ਪੁੱਛਣਾ ਚਾਹੁੰਦੇ? ਪ੍ਰਭਜੀਤ ਪੂਰਾ ਜਵਾਬ ਦਿਓ, ਫਿਰ ਮੈਂ ਦੱਸ ਦੇਣਾ ਜੀ। ਉਹ ਤੋਂ ਬਾਅਦ ਰਾਜੀਵ ਗੋਸਵਾਮੀ ਦਾ ਸਵਾਲ ਹੈ ਜੀ ਕਿ ਸਰ ਗੁੱਡ ਆਫਟਰਨੂਨ ਸਰ, ਮੇਰੀ ਵਾਈਫ GNM ਨਰਸਿੰਗ ਜੰਮੂ ਕੌਂਸਲ ਸੇ ਕੀ ਹੈ, ਸਟੇਟ ਕੌਂਸਲ ਸੇ। ਓਕੇ, ਹਾਂ ਠੀਕ ਹੈ ਜੀ, ਇਟਸ ਆਲਸੋ ਅਸੈਪਟੇਬਲ। ਕਿਸੇ ਵੀ ਰਜਿਸਟਰਡ ਬਾਡੀ 'ਤੇ ਤੁਸੀਂ ਨਰਸਿੰਗ ਕੀਤੀ ਹੋਵੇ, GNM ਜਾਂ BSc, ਦੇ ਆਲ ਆਰ ਐਲੀਜੀਬਲ। ਸੋ ਮਿਸਟਰ ਰਾਜੀਵ ਗੋਸਵਾਮੀ, ਯੋਰ ਵਾਈਫ ਇਜ਼ ਐਲੀਜੀਬਲ। ਆਈ ਨੀਡ 6.5 band 6 ਇਨ ਈਚ ਵਿਦਆਊਟ ਐਲੀਕੋਸ, ਬਟ ਮਿਨੀਮਮ 6 band ਓਵਰਆਲ 5.5 ਈਚ ਜ਼ਰੂਰ ਚਾਹੀਦੇ ਨੇ ਐਲੀਕੋਸ ਦੇ ਨਾਲ, ਅਗਰ ਤੁਹਾਡੇ ਹੈਗੇ ਨੇ ਤੁਸੀਂ ਕੱਲ੍ਹ ਨੂੰ ਆ ਕੇ ਆਪਣਾ ਕੇਸ ਸ਼ੁਰੂ ਕਰ ਸਕਦੇ ਹੋ। ਅਮਨ ਅਰੋੜਾ ਸਰ, ਮਾਈ ਵਾਈਫ ਡਨ BSc ਨਰਸਿੰਗ 2014 64%। ਓਕੇ ਵੈਰੀ ਗੁੱਡ ਮਾਰਕਸ, ਐਂਡ ਹੋਸਪਿਟਲ ਜੋਬ ਕੰਟੀਨਿਊ ਐਜ ਅ ਸਟਾਫ ਨਰਸ, ਐਂਡ PT ਸਕੋਰ। ਓਕੇ, PT ਇਜ਼ ਆਲਸੋ ਅਸੈਪਟੇਬਲ, 52 54 59, ਵੈਰੀ ਗੁੱਡ, ਓਵਰਆਲ 55। ਯੈਸ ਡੀਅਰ, ਇਹ ਤੁਹਾਡੇ 6 band ਈਚ ਹੈਗੇ ਨੇ, ਯੂ ਕੈਨ ਅਪਲਾਈ। ਸੋ ਡੈਫੀਨੇਟਲੀ ਤੁਸੀਂ ਅੱਗੇ 1 ਸਾਲ ਦੇ ਡਿਪਲੋਮੇ ਦੇ ਵਿਦਆਊਟ ਐਲੀਕੋਸ ਅਪਲਾਈ ਕਰ ਸਕਦੇ ਹੋ, 1 ਸਾਲ ਦੇ ਪ੍ਰੋਗਰਾਮ ਤੋਂ ਬਾਅਦ ਅੱਗੇ ਫਰਦਰ ਤੁਸੀਂ RN ਦਾ ਟੈਸਟ ਪਾਸ ਕਰਕੇ ਆਪਣੀ PR ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਨਾਲ ਲੈ ਕੇ ਜਾ ਸਕਦੇ ਹੋ, ਜਦ ਕਿ ਸਪਾਊਸ ਨਾਲ ਜਾ ਸਕਦਾ। ਜ਼ਿਆਦਾ ਡਿਟੇਲਸ ਸਾਰੀਆਂ ਲੈਣਾ ਚਾਹੁੰਦੇ ਹੋ, ਸਪਟੰਬਰ ਇੰਟੇਕ 'ਚ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਡਿਲੇ ਨਾ ਕਰੋ, ਕੱਲ੍ਹ ਨੂੰ ਜਲੰਧਰ ਦਫ਼ਤਰ 'ਚ ਮੇਰੀ ਅਵੇਲੇਬਿਲਟੀ ਆ, ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2-3 ਵਜੇ ਤੋਂ ਪਹਿਲਾਂ ਆ ਕੇ ਆਪਣਾ ਕੇਸ ਸ਼ੁਰੂ ਕੀਤਾ ਜਾ ਸਕਦਾ। ਅਮਨ ਅਰੋੜਾ ਜੀ, ਜੇ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿੰਦੇ ਹੋ ਤਾਂ ਮੈਂ ਤੁਹਾਡੀ ਅਪਾਇੰਟਮੈਂਟ ਵੀ ਬੁੱਕ ਕਰਾ ਦੇਣਾ ਆਪਣੀ ਟੀਮ ਦੇ ਨਾਲ। ਜਸਪ੍ਰੀਤ ਕੌਰ, ਵੈਰੀ ਗੁੱਡ ਈਵਨਿੰਗ। ਸਾਹਿਲ ਜੈਸ ਸਰ, ਕੈਨ ਆਈ ਅਪਲਾਈ ਸਟੱਡੀ ਵੀਜ਼ਾ ਫੋਰ ਆਸਟ੍ਰੇਲੀਆ ਵਿਦ 5.5 ਓਵਰਆਲ ਬੈਂਡਸ ਇਨ ਲਿਸਨਿੰਗ 6 ਰੈਸਟ ਆਫ ਮੋਡਿਊਲ 5.5। ਸਾਹਿਲ, ਤੁਸੀਂ ਆਪਣੀ ਕੁਆਲੀਫਿਕੇਸ਼ਨ ਦੱਸੋ ਡੀਅਰ, ਕਿਹੜੇ ਸਾਲ ਤੁਸੀਂ ਪੜ੍ਹਾਈ ਕੀਤੀ ਹੈ ਔਰ ਕੀ ਪਰਸੈਂਟੇਜ ਹੈ, ਉਹਦੇ ਮੁਤਾਬਿਕ ਦੱਸ ਪਾਊਂਗਾ ਕਿ 5.5 ਲਈ ਜਾ ਸਕਦੇ ਹੋ ਕਿ ਨਹੀਂ। ਚਲੋ, 5.5 ਤਾਂ ਸਿਰਫ ਉਹੀ ਬੱਚਾ ਅਪਲਾਈ ਕਰ ਸਕਦਾ ਜਿਹੜੀ ਪਲੱਸ 2 2018 ਜਾਂ 19 'ਚ ਪੜ੍ਹੀ ਹੈ, ਐਂਡ ਨੰਬਰ 60% ਉੱਪਰ ਹੈਗੇ ਆ। ਬਟ ਸਟਿਲ ਵੈਟ ਸ਼੍ਰੇਣੀ ਦੇ ਵਿੱਚ, ਜਿਹੜਾ ਵੈਟ ਕਲਾਸ ਹੈ, ਡਿਪਲੋਮਾ ਕਲਾਸ ਵਿੱਚ ਵੀਜ਼ਾ ਸਕਸੈਸ ਰੇਟ 50-60% ਹੈ।
ਬਟ ਸਟਿਲ ਜੇ ਤੁਸੀਂ ਅਪਲਾਈ ਕਰਨ ਦੀ ਗੱਲ ਕਰਦੇ ਹੋ ਯੂ ਕੈਨ ਅਪਲਾਈ ਬਟ ਵੀਜ਼ਾ ਚਾਂਸਿਸ ਇਟ ਆਲਵੇਜ਼ ਡਿਪੈਂਡ ਤੁਸੀਂ ਕੋਰਸ ਕਿਹੜਾ ਲਿਆ ਤੁਸੀਂ ਐਸ ਓ ਪੀ 'ਚ ਕੀ ਲਿਖਿਆ ਐਂਡ ਤੁਹਾਡੇ ਕੰਸਲਟੈਂਟ ਨੂੰ ਕਿੰਨੀ ਕਦਰ ਹੈ ਥੈਂਕ ਯੂ ਜੀ ਅਗਰ ਗੱਲ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਪਲੀਜ਼ ਹਰਜੀਤ ਡੇਰੀ ਹੈਲੋ ਗੋਪੀ ਸਿੱਧੂ ਸਰ ਨੋ ਐਸ ਡੀ ਐਸ ਵਿੱਚ ਫੀਸ ਬਾਅਦ ਵਿੱਚ ਪੇ ਕਰਨੀ ਪੈਂਦੀ ਹੈ ਨਹੀਂ ਜੀ ਐਸ ਡੀ ਐਸ ਵਿੱਚ ਫੀਸ ਪਹਿਲਾਂ ਹੀ ਪੇ ਕਰਨੀ ਪੈਣੀ ਹੈ ਦੋਸਤ ਉਹਦੇ 'ਚ ਤੁਹਾਨੂੰ ਆਪਣੇ ਕੋਲੋਂ ਫੀਸ ਇੱਕ ਸਾਲ ਦੀ ਪੇ ਕਰਨੀ ਪੈਂਦੀ ਹੈ ਬਟ ਯੈਸ ਕਈ ਕਾਲਜਾਂ ਦੀ ਸਾਡੇ ਕੋਲ ਐਕਸਕਲੂਸਿਵ ਆਪਸ਼ਨ ਜ਼ਰੂਰ ਹੈਗੀ ਹੈ ਜਿਨ੍ਹਾਂ 'ਚ ਅਸੀਂ ਬੱਚੇ ਦੇ ਬੇਸ 'ਤੇ ਡਰਾਫਟ ਬਣਾ ਕੇ ਬਣਾਏਗਾ ਬੱਚਾ ਹੀ ਬੱਚੇ ਦੇ ਨਾਮ 'ਤੇ ਬਣੇਗਾ ਉਹਦੇ 'ਚ ਅਸੀਂ ਫੀਸ ਆਪਣੇ ਕੋਲੋਂ ਉੱਥੇ ਜਿਹੜੇ ਸਾਡਾ ਕੈਨੇਡਾ ਆਫਿਸ ਹੈ ਉੱਥੋਂ ਤੁਹਾਡੀ ਫੀਸ ਪਹਿਲਾਂ ਆਲਰੇਡੀ ਸਾਡੇ ਕਾਲਜ ਵੱਲੋਂ ਪੇਡ ਹੋ ਚੁੱਕੀ ਹੁੰਦੀ ਹੈ ਐਂਡ ਤੁਸੀਂ ਫੀਸ ਬਾਅਦ 'ਚ ਪੇ ਕਰ ਸਕਦੇ ਹੋ ਬਟ ਉਹ 'ਚ ਬਹੁਤ ਲਿਮਿਟਡ ਕਾਲਜ ਦੀ ਆਪਸ਼ਨ ਅਵੇਲੇਬਲ ਹੈ ਸੋ ਗੋਪੀ ਸਿੱਧੂ ਜੀ ਜੇ ਤੁਸੀਂ ਫੀਸ ਆਫਟਰ ਵੀਜ਼ਾ ਦੀ ਸੱਚਾਈ ਜਾਣਨਾ ਚਾਹੁੰਦੇ ਹੋ ਆਪਣਾ ਕੇਸ ਨੂੰ ਇੱਕ ਚੰਗੇ ਕੰਸਲਟੈਂਟ ਥਰੂ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਆਰ ਐਸ ਗੋਲ ਦੇ ਦਫ਼ਤਰ ਵੀਜ਼ਾ ਜ਼ਰੂਰ ਕਰ ਲਿਓ ਹੋਪਫੁਲੀ ਤੁਹਾਨੂੰ ਇੱਕ ਬੈਟਰ ਰਿਜ਼ਲਟ ਦੇ ਕੇ ਭੇਜਿਆ ਜਾਏਗਾ ਰਕੇਸ਼ ਮਦਾਰਾ ਕਲੇਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਕੇਸ਼ ਜਸਪ੍ਰੀਤ ਸੰਧੂ ਸਤਿ ਸ਼੍ਰੀ ਅਕਾਲ ਜੀ ਵਿਦਾਊਟ ਐਲਸ ਯੂ ਐਸ ਏ ਜਾਣਾ ਸਰ ਜੀ ਜਸਪਾਲ ਜੀ ਵਿਦਾਊਟ ਐਲਸ ਯੂ ਐਸ ਏ ਤਾਂ ਜਾ ਸਕਦੇ ਹੋ ਬਟ ਵਿਦਾਊਟ ਇੰਗਲਿਸ਼ ਨਹੀਂ ਜਾ ਸਕਦੇ ਸੋ ਇੰਗਲਿਸ਼ ਅਗਰ ਕਮਿਊਨੀਕੇਸ਼ਨ ਠੀਕ ਹੈ ਤਾਂ ਡੈਫੀਨੇਟਲੀ ਯੈਸ ਵੀ ਆਰ ਰੈਡੀ ਟੂ ਟੇਕ ਯੂਰ ਕੇਸ ਫੋਰ ਯੂ ਐਸ ਏ ਕਿਉਂਕਿ ਉੱਥੇ ਇੰਟਰਵਿਊ ਬੇਸ ਤੁਹਾਡਾ ਵੀਜ਼ਾ ਹਾਈ ਕਮਿਸ਼ਨ ਤੁਹਾਡੀ ਦਿੱਲੀ ਬੁਲਾ ਕੇ ਤੁਹਾਡੀ ਉਹਨੇ ਜਦੋਂ ਤੁਹਾਡੀ ਅਪਾਇੰਟਮੈਂਟ ਤੁਹਾਡੀ ਹੋਣੀ ਤੁਹਾਡੀ ਇੰਟਰਵਿਊ ਹੋਏਗੀ ਤੁਸੀਂ ਉੱਥੇ ਤੁਹਾਨੂੰ ਬੋਲਣਾ ਪਏਗਾ ਆਪਣੇ ਕਾਲਜ ਬਾਰੇ ਕੋਰਸ ਬਾਰੇ ਯੂਨੀਵਰਸਿਟੀ ਬਾਰੇ ਪੜ੍ਹਾਈ ਬਾਰੇ ਉਹ ਸਾਰੇ ਗੱਲਾਂ ਦੇ ਤਸੱਲੀ ਬਖਸ਼ ਜਵਾਬ ਤੋਂ ਬਾਅਦ ਹੀ ਤੁਹਾਨੂੰ ਗ੍ਰਾਂਟ ਕਰੇਗਾ ਵੀਜ਼ਾ ਅਫਸਰ ਵੀਜ਼ਾ ਜਸਪਾਲ ਸਿੰਘ ਥੈਂਕ ਯੂ ਫੋਰ ਯੂਰ ਕੁਸ਼ਚਨ ਗੋਪੀ ਸਿੰਘ ਹੈਲੋ ਸਰ ਦੋ ਵਿੱਚੋਂ 5.5 ਆ ਕੈਨੇਡਾ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਫੀਸ ਕਿੱਦਾਂ ਪੇ ਕਰਨੀ ਉਹਦੇ ਫੀਸ ਇਹਦੇ 'ਚ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ ਹੈ ਗੋਪੀ ਜੀ ਜੇ ਤੁਹਾਡੇ ਓਵਰਆਲ 6-2 to 5.5 ਆ ਨੋਨ ਐਸ ਡੀ ਐਸ ਕੈਟਾਗਰੀ 'ਚ ਅਪਲਾਈ ਕਰਾਂਗੇ ਟੋਰੋਂਟੋ ਬਰੈਂਪਟਨ ਹੈਮਿਲਟਨ ਮਿਸੀਸਾਗਾ ਦੇ ਕੈਂਪਸ ਦੇ ਵਿੱਚ ਇੱਕ ਦਿਨ 'ਚ ਆਫ ਲੈਟਰ ਮਿਲ ਜਾਏਗੀ 1 to 2 ਦਿਨ 'ਚ ਐਲ ਓ ਏ ਮਿਲ ਜਾਏਗਾ ਵਿਦਇਨ 7 ਡੇਜ਼ ਕੇਸ ਆਪਾਂ ਵੈਸੀ ਪਕਾ ਸਕਦੇ ਹਾਂ ਅਗਰ ਤੁਹਾਡੇ ਕੋਲ ਜੀ ਐਸ ਸੀ ਸਭ ਕੁਝ ਲੜੀ ਹੈਗਾ ਤਾਂ ਸੋ ਕੋਪੀ ਅਗਰ ਤੁਹਾਨੂੰ ਮੇਰੀ ਇਨਫੋਰਮੇਸ਼ਨ ਦਿੱਤੀ ਹੋਈ ਲੱਗਦੀ ਕਿ ਮੇਰੇ ਵਿਲਾਹੇਬੰਦ ਹੈਗੀ ਤਾਂ ਕੱਲ੍ਹ ਆਫਿਸ ਆ ਕੇ ਮਿਲ ਸਕਦੇ ਹੋ ਪ੍ਰਵੇਸ਼ ਮਲਿਕ ਰਾਏ ਸਾਹਿਬ ਬੀ ਐਸ ਸੀ ਨਰਸਿੰਗ ਤੋਂ ਬਾਅਦ ਵਿਦਾਊਟ ਆਇਲਟਸ ਕਿਸ ਕੰਟਰੀ 'ਚ ਜਾ ਸਕਦੇ ਹਾਂ ਔਖਾ ਦੋਸਤ ਨਰਸਿੰਗ ਪ੍ਰੋਫਾਈਲ ਵਾਲਿਆਂ ਲਈ ਵਿਦਾਊਟ ਆਇਲਟਸ ਆਪਸ਼ਨ ਕਿਤੇ ਵੀ ਨਹੀਂ ਹੁੰਦੀ ਜੇ ਤੁਸੀਂ ਨਰਸਿੰਗ ਦੀ ਪੜ੍ਹਾਈ ਅੱਗੇ ਕਰਨੀ ਹੈ ਤਾਂ ਹਰ ਕੰਟਰੀ 'ਚ ਆਇਲਟਸ ਦੀ ਰਿਕੁਆਇਰਮੈਂਟ ਹੈਗੀ ਹੈ ਸੋ ਜੇ ਨਰਸਿੰਗ ਬਾਰੇ ਸੋਚਦੇ ਪਏ ਹੋ ਤਾਂ ਫਿਰ ਆਇਲਟਸ ਵਾਲੇ ਪਾਸੇ ਪਹਿਲਾਂ ਸੋਚਣਾ ਸ਼ੁਰੂ ਕਰ ਦਿਓ ਗੁੱਡ ਈਵਨਿੰਗ ਸ਼ਾਂਤੀ ਦੇਵੀ ਜੀ ਲਾਲੀ ਧਾਲੀਵਾਲ ਸਰ ਬੀ ਐਸ ਸੀ ਆਈ ਟੀ ਕੀਤੀ ਹੈ ਐਮ ਸੀ ਤੋਂ ਪਹਿਲਾਂ ਫਿਰ ਠੀਕ ਹੈ ਜੀ ਧਾਲੀਵਾਲ ਸਾਹਿਬ ਫਿਰ ਤੁਹਾਡੇ ਵਾਈਫ ਦਾ ਸਵੀਡਨ ਦਾ ਅਪਲਾਈ ਹੋ ਸਕਦਾ ਬਟ ਸਵੀਡਨ ਦਾ ਇਨਟੇਕ ਹੈ ਇਸ ਟਾਈਮ ਅਗਸਤ 2020 ਦਾ ਚੱਲਦਾ ਪਿਆ ਡੈਨਮਾਰਕ ਦਾ ਆਪਾਂ ਜ਼ਰੂਰ ਦੇਖ ਸਕਦੇ ਕਿਉਂਕਿ 30 ਤਰੀਕ ਤੱਕ ਅਵੇਲੇਬਿਲਟੀ ਸੀਗੀ ਮੇਰੇ ਕੋਲ ਡੈਨਮਾਰਕ ਦਾ ਜਨਵਰੀ ਇਨਟੇਕ ਬਟ ਸਟਿਲ ਤੁਸੀਂ ਅੱਗੇ ਵੀ ਕਾਫੀ ਹੋ ਮੇਰੇ ਨਾਲ ਫੇਸਬੁੱਕ 'ਤੇ ਲਾਈਵ ਰਹਿੰਦੇ ਹੋ ਬਟ ਦਫ਼ਤਰ ਨਹੀਂ ਵਿਜ਼ਿਟ ਕੀਤਾ ਸ਼ਾਇਦ ਆਫਿਸ ਵਿਜ਼ਿਟ ਕਰ ਲਓ ਡੈਨਮਾਰਕ ਔਰ ਸਵੀਡਨ ਦੋਨਾਂ ਕੰਟਰੀ ਦੀ ਆਪਸ਼ਨ ਤੁਹਾਡੇ ਲਈ ਐਲੀਜੀਬਲ ਹੈਗੀ ਆਇਲਟਸ ਕਰਨ ਦੀ ਲੋੜ ਨਹੀਂ ਹੈ ਸਵੀਡਨ 'ਚ ਕਿਉਂਕਿ ਤੁਸੀਂ ਬੀ ਐਸ ਸੀ ਜਿਹੜੀ ਹੈ ਉਹ ਆਈ ਟੀ ਕੀਤੀ ਹੋਈ ਹੈ ਗੋਪੀ ਸਿੱਧੂ ਜੀ ਸਾਹਿਬ 5.5 ਕੈਨੇਡਾ ਹੋਜੂਗੀ ਔਖਾ ਯਾਰ ਵੀਜ਼ਾ ਚਾਂਸਿਸ ਕਾਫੀ ਘੱਟ ਹੈ ਈ ਐਸ ਐਲ ਪ੍ਰੋਗਰਾਮ ਲੱਗਦਾ ਯੂਨੀਵਰਸਿਟੀ ਦੇ ਵਿੱਚ 10 ਪਿੱਛੇ 5 ਕੁ ਵੀਜ਼ੇ ਲੱਗਦੇ 5 ਕੁ ਰਿਫਿਊਜ਼ਲ ਲੱਗਦੀਆਂ ਨੇ ਬਟ ਸਟਿਲ ਮੈਂ 5.5 ਬੈਂਡ 'ਤੇ ਕੈਨੇਡਾ ਬੱਚੇ ਨੂੰ ਅਪਲਾਈ ਕਰਨ ਦੀ ਸਲਾਹ ਨਹੀਂ ਦਊਂਗਾ ਰੈਸਟ ਤੁਸੀਂ ਆਪਣਾ ਕੀ ਡਿਸੀਜ਼ਨ ਲੈਣਾ ਚਾਹੁੰਦੇ ਹੋ ਇਟਸ ਆਲ ਡਿਪੈਂਡ ਅਪਨ ਯੂਰ ਪ੍ਰੋਫਾਈਲ ਲਵਜੀਤ ਸਿੰਘ ਕਹਿ ਰਹੇ ਨੇ ਮਾਸਟਰ ਡਿਗਰੀ ਲਈ ਸਪਾਊਸ ਕੇਸ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਲਈ ਬਿਲਕੁਲ ਕਰ ਸਕਦੇ ਜੀ ਆਸਟ੍ਰੇਲੀਆ ਤੁਸੀਂ ਸਪਾਊਸ ਨੂੰ ਜਦੋਂ ਨਾਲ ਸਟੂਡੈਂਟ ਦੇ ਜਾਂਦੇ ਹੋ ਅਗਰ ਉਹ ਸਟੂਡੈਂਟ ਮਾਸਟਰ ਡਿਗਰੀ ਪੜ੍ਹਨ ਜਾ ਰਿਹਾ ਤਾਂ ਸਪਾਊਸ ਨਾਲ ਬਿਲਕੁਲ ਜਾ ਸਕਦਾ ਰਕੇਸ਼ ਮਦਾਰਾ ਕਲੇਰ ਆਈਸਲੈਂਡ ਆਈਲੈਂਡ ਦੇ ਵਿਜ਼ਟਰ ਵੀਜ਼ਾ ਬਾਰੇ ਜਾਣਕਾਰੀ ਦਿਓਗੇ ਸਰ ਉਹਦੇ ਲਈ ਤੁਸੀਂ 7050970509 ਨੰਬਰ 'ਤੇ ਕਾਲ ਕਰ ਲਓ ਡੀਅਰ ਕਿਉਂਕਿ ਫਿਲਹਾਲ ਲਾਈਵ ਸੈਸ਼ਨ ਦੇ ਵਿੱਚ ਅਸੀਂ ਵਿਜ਼ਟਰ ਵੀਜ਼ਾ ਬਾਰੇ ਇਨਫੋਰਮੇਸ਼ਨ ਦਾ ਟੋਪਿਕ ਨਹੀਂ ਰੱਖਿਆ ਅੱਜ ਗੁਰੂ ਸਿੰਘ ਅਲਖ ਸਰ ਨਿਊ ਮੈਰਿਜ ਆ ਉਸ 'ਚ ਪਾਸਪੋਰਟ ਦਾ ਨਾਮ ਚੜਾਉਣਾ ਜ਼ਰੂਰੀ ਆ ਜਾਂ ਨਹੀਂ ਇਹ ਸਾਰੀ ਗੱਲਾਂ ਨਾ ਏਜੰਟਾਂ ਦੇ ਬਣਾਏ ਹੋਏ ਉਹ ਮਤਲਬ ਨਾ ਆਪਣੇ ਆਪਣੇ ਤਰੀਕੇ ਨੇ ਹੁਣ ਮੈਰਿਜ ਨਵੀਂ ਹੈ ਜਾਂ ਪੁਰਾਣੀ ਉਹਦਾ ਪਾਸਪੋਰਟ ਦੇ ਨਾਲ ਨਾਮ ਚੜਿਆ ਨਹੀਂ ਚੜਿਆ ਉਹਦੇ ਨਾਲ ਰਿਸ਼ਤੇ ਦਾ ਕੀ ਤਾਲੁਕਾਤ ਹੈ ਅਗਰ ਤੁਹਾਡਾ ਰਿਸ਼ਤਾ ਜੈਨੂਨ ਹੈ ਤਾਂ ਤੁਸੀਂ ਅਫਕੋਰਸ ਲੋਕਾਂ ਨੂੰ ਦੱਸ ਦਿਓ ਕਿ ਮੇਰੀ ਵਾਈਫ ਹੈ ਅਤੇ ਹਿੰਦੁਸਤਾਨ ਸਰਕਾਰ ਨੂੰ ਭਾਰਤ ਸਰਕਾਰ ਨੂੰ ਦੱਸੋਗੇ ਨਾ ਮੇਰੀ ਵਾਈਫ ਹੈ ਅਤੇ ਪਾਸਪੋਰਟ ਤੁਹਾਡੀ ਇੱਕ ਯੂਨੀਕ ਆਈ ਡੀ ਹੈ ਗਵਰਨਮੈਂਟ ਆਫ ਇੰਡੀਆ ਦੀ ਅਤੇ ਉਹਦੇ 'ਤੇ ਜਿਹੜਾ ਸਪਾਊਸ ਵਾਲਾ ਕੋਲਮ ਉਹ ਖਾਲੀ ਕਿਉਂ ਰੱਖਣਾ ਫਿਰ ਚੜਾਓ ਮੋਰਓਵਰ ਜੇ ਮੈਂ ਕਹਾਂਗੇ ਦੋ ਇਟਸ ਨੋਟ ਲਾਈਕ ਮੰਡੈਟਰੀ ਕਿ ਤੁਸੀਂ ਨਾਮ ਚੜਾਇਆ ਪਾਸਪੋਰਟ 'ਤੇ ਤਾਂ ਹੀ ਕੇਸ ਲੱਗ ਸਕਦਾ ਨਹੀਂ ਇਹ ਜ਼ਰੂਰੀ ਨਹੀਂ ਹੈ ਬਟ ਫਿਰ ਵੀ ਸਟਿਲ ਗਵਰਨਮੈਂਟ ਆਫ ਇੰਡੀਆ ਸ਼ੁੱਡ ਨੋ ਕਿ ਤੁਸੀਂ ਮੈਰਿਡ ਹੋ ਔਰ ਕਿਹਦੇ ਨਾਲ ਮੈਰਿਡ ਹੋ ਪਤਾ ਹੋਣਾ ਚਾਹੀਦਾ ਉਹ ਤੁਹਾਡੇ ਵਿਆਹ ਦਾ ਇੱਕ ਚੰਗਾ ਪਰੂਫ ਹੀ ਨਾਲ ਐਡ ਹੋ ਜਾਏਗਾ ਸਾਹਿਲ ਬੈਸ ਜੈਸ ਬੀ ਸੀ ਏ ਓਕੇ ਜੇ ਬੀ ਸੀ ਏ ਕੀਤੀ ਤਾਂ ਡੈਟ ਡੈਫੀਨੇਟਲੀ ਯੈਸ ਸਵੀਡਨ ਆਇਲਸ ਤੋਂ ਬਿਨਾਂ ਆਇਲਸ ਬਿਹੇਵ ਹੋ ਜਾਂਦੀ ਤੁਹਾਡੀ ਅਮਰਦੀਪ ਸਿੰਘ ਸਰ ਜੀ ਯੂਨੀਵਰਸਿਟੀ ਆਫ ਬੋਲਟਨ ਯੂ ਕੇ ਵਿੱਚ ਅਪਲਾਈ ਕੀਤਾ ਹੈ ਮੈਂ ਕੁਆਲੀਫਿਕੇਸ਼ਨ ਇਜ਼ +2 ਨੋਨ ਮੈਡੀਕਲ 16.73% ਆਫਟਰ ਦੈਟ ਆਈ ਸਟੱਡੀ ਡਿਪਲੋਮਾ 80 ਮੰਥ ਐਂਡ ਆਇਲਸ 6 ਬੈਂਡ ਸਰ ਵੀਜ਼ਾ ਲੱਗ ਜੂ ਐਂਡ ਸਰ ਇੱਕ ਆਫਰ ਲੈਟਰ ਡੀ ਮੌਂਟਫੋਰਟ ਯੂਨੀਵਰਸਿਟੀ ਦਾ ਵੀ
ਪਾਸਪੋਰਟ ਚੈਸ ਤੁਹਾਡਾ ਕੀ ਓਪੀਨੀਅਨ ਹੈ ਸਰ? ਦੇਖੋ ਯੂਨੀਵਰਸਿਟੀ ਜਿਹੜੀ ਤੁਸੀਂ ਦੱਸੀ ਹੈ ਬੋਲਟਨ ਦੀ ਗੱਲ ਕਰ ਰਹੇ ਹੋ ਜਾਂ ਵੋਲਵਰਹੈਂਪਟਨ ਦੀ ਗੱਲ ਕਰੋ, ਯੂਨੀਵਰਸਿਟੀ ਵੋਲਵਰਹੈਂਪਟਨ ਵੀ ਮਾੜੀ ਨੀਗੀ, ਥੋੜ੍ਹੀ ਜਿਹੀ ਆਈ ਥਿੰਕ ਮਹਿੰਗੀ ਜ਼ਰੂਰ ਹੈ, ਬਟ ਪਹਿਲਾਂ ਫੀਸ ਇੱਥੇ ਸਿਰਫ 2,000 ਪਾਉਂਡ ਹੀ ਜਾਂਦੀ ਹੈ, ਬਾਕੀ ਸਾਰੀ ਫੀਸ ਬਾਅਦ 'ਚ ਆਉਂਦੀ ਹੈ ਵੋਲਵਰਹੈਂਪਟਨ ਦੀ, ਫੰਡ ਤੋਂ ਜ਼ਿਆਦਾ ਦੇਖਾਉਣੇ ਪੈਂਦੇ ਨੇ, ਇਟਸ ਨੋਟ ਅ ਬੈਡ ਯੂਨੀਵਰਸਿਟੀ। ਜੇ ਤੁਸੀਂ ਬਾਕੀ ਯੂਨੀਵਰਸਿਟੀ ਬਾਰੇ ਗੱਲ ਕਰੋ ਬੋਲਟਨ ਬਾਰੇ, ਤਾਂ ਫਿਰ ਯੂਨੀਵਰਸਿਟੀ ਆਫ ਵੋਲਵਰਹੈਂਪਟਨ ਵੀ ਇਟਸ ਅ ਗੁੱਡ ਯੂਨੀਵਰਸਿਟੀ। ਹੁਣ ਤੁਸੀਂ ਬੋਲਟਨ ਪੜ੍ਹਨਾ ਜਾਣਾ ਚਾਹੁੰਦੇ ਹੋ ਜਾਂ ਵੋਲਵਰਹੈਂਪਟਨ ਪੜ੍ਹਨਾ ਜਾਣਾ ਚਾਹੁੰਦੇ ਹੋ, ਇਹ ਤੁਹਾਡੇ ਆਪ ਦੀ ਮਰਜ਼ੀ ਡਿਪੈਂਡ ਕਰਦਾ, ਕਿਉਂਕਿ ਪੜ੍ਹਨਾ ਦੋਸਤ ਤੁਸੀਂ ਆ, ਪੈਸੇ ਤੁਸੀਂ ਲਾਉਣੇ ਆ, ਜ਼ਿੰਦਗੀ ਤੁਹਾਡੀ ਬਣਨੀ। ਬਟ ਜੇ ਤੁਸੀਂ ਪੜ੍ਹਾਈ ਦੇ ਪੁਆਇੰਟ ਆਫ ਵਿਊ ਨਾਲ ਪੁੱਛ ਰਹੇ ਹੋ, ਬਹੁਤ ਯੂਨੀਵਰਸਿਟੀਜ਼ ਆ ਕੋਲ। ਸਾਹਿਲ ਜੈਲ ਸਰ, ਆਈ ਹੈਵ ਡਨ ਬੀ ਸੀ ਇਨ 2015। ਓਕੇ, ਜੇ ਬੀ ਸੀ 2015 'ਚ ਕੀਤੀ ਆ, ਉਸ ਤੋਂ ਬਾਅਦ ਫਰਦਰ ਕੀ ਕੀਤਾ ਉਹ ਦੱਸ ਦਿਓ। ਜੇ ਤੁਸੀਂ ਬੀ ਸੀ ਕੀਤੀ, ਮੈਂ ਤੁਹਾਡਾ ਪੜ੍ਹ ਚੁੱਕਾ ਸੀ ਆਲਰੇਡੀ, ਤੁਸੀਂ ਜੇ ਕਰਨਾ ਚਾਹੁੰਦੇ ਹੋ ਫਰਦਰ ਅਪਲਾਈ ਕੈਨੇਡਾ ਲਈ, ਤੁਹਾਡੇ 6 ਪੁਆਇੰਟ ਚਾਹੀਦੇ ਆ, ਆਸਟ੍ਰੇਲੀਆ ਕਰਨਾ 6.5 ਚਾਹੀਦੇ ਨੇ, ਬਟ 15 ਤੋਂ ਬਾਅਦ ਹੁਣ ਤੱਕ ਦੇ ਪਰੂਫ ਹੋਣੇ ਲਾਜ਼ਮੀ ਨੇ। ਗੋਪੀ ਸਿੱਧੂ, ਥੈਂਕ ਯੂ ਫੋਰ ਯੂਰ ਕੰਸਰਨ। ਸਾਹਿਲ ਜੈਲ ਸਰ, ਆਈ ਹੈਵ ਡਨ ਬੀ ਸੀ ਏ 2018। ਓਕੇ, 18 'ਚ ਬੀ ਸੀ ਏ ਕੀਤੀ ਹੈ, ਤਾਂ ਫਿਰ ਆਇਲਟਸ ਕਿੰਨੇ ਪੈਂਡ ਵੀ ਦੱਸ ਦਿਓ, ਇੱਕ ਇੱਕ ਮੈਸੇਜ ਕਮੈਂਟ ਕਰ ਰਹੇ ਹੋ, ਇਕੱਠੇ ਇੱਕੋ ਮੈਸੇਜ ਸਾਰਾ ਲੈ ਕੇ ਭੇਜ ਦਿਓ ਤਾਂ ਕਿ ਮੈਂ ਵੀ ਤੁਹਾਨੂੰ ਈਜ਼ੀਲੀ ਜਵਾਬ ਦੇ ਸਕਾਂ। ਯਾਰ ਜਿੰਮੀ ਹਜ਼ਾਰਾ, ਕੈਨ ਵੀ ਟੇਕ ਐਡਮਿਸ਼ਨ ਇਨ ਪ੍ਰਾਈਵੇਟ ਕਾਲਜ ਇਨ ਯੂ ਕੇ? ਨੋ ਯਾਰ, ਯੂ ਕੈਨ ਟੇਕ ਐਡਮਿਸ਼ਨ, ਬਟ ਵੀਜ਼ਾ ਚਾਂਸਿਸ ਆਰ ਰੇਅਰ, ਐਂਡ ਮੋਰ ਓਵਰ ਆਫਟਰ ਵੀਜ਼ਾ ਤੁਹਾਨੂੰ ਬਾਅਦ 'ਚ ਵਰਕ ਪਰਮਿਟ ਦੀ ਆਪਸ਼ਨ ਨਹੀਂ ਹੈਗੀ, ਪਾਰਟ ਟਾਈਮ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈਗੀ। ਸੋ ਆਈ ਵੋਂਟ ਸੁਜੈਸਟ ਯੂ ਸ਼ੁੱਡ ਅਪਲਾਈ ਫੋਰ ਪ੍ਰਾਈਵੇਟ ਕਾਲਜ। ਓਕੇ, ਅਪਲਾਈ ਇਨ ਯੂਨੀਵਰਸਿਟੀਜ਼ ਔਰ ਓਨਲੀ ਇਨ ਡਿਗਰੀਜ਼, ਜੇ ਯੂ ਕੇ ਜਾ ਕੇ ਹੁਣ ਚੰਗੀ ਜ਼ਿੰਦਗੀ ਬਣਾਉਣੀ ਹੈ ਤਾਂ, ਨਹੀਂ ਤਾਂ ਫਿਰ ਉਹੀ ਪੁਰਾਣਾ ਹਾਲ ਹੋਏਗਾ ਜੋ 2009 ਤੋਂ 2012 ਤੱਕ ਯੂ ਕੇ ਜਾਣ ਬੱਚਿਆਂ ਦਾ ਹੋਇਆ ਸੀ। ਰਾਜਾ ਕਲੇਅਰ ਸਰ, ਕੈਨੇਡਾ ਵਰਕ ਪਰਮਿਟ ਹੋ ਸਕਦਾ ਸ਼ੈਫ ਦਾ? ਜੇ ਤੇਰੇ ਕੋਲ 2 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ, ਆਇਲ 6 ਪੁਆਇੰਟ ਹੈਗੇ ਨੇ, ਤਾਂ ਡੈਫੀਨੇਟਲੀ ਯੈਸ। ਜੇ ਨਹੀਂ ਹੈਗਾ ਤਾਂ ਫਿਰ ਨੋ। ਜੇ ਹੈਗੇ ਨੇ ਤਾਂ ਆਪਣਾ ਮੈਨੂੰ ਸੀਵੀ ਇਨਕੁਆਇਰੀ arsglobal@gmail.com ਤੇ ਆਪਣਾ ਅਪਡੇਟਡ ਸੀਵੀ ਮੇਲ ਕਰ ਦਿਓ। ਲਵਜੀਤ ਸਿੰਘ ਕਹਿ ਰਹੇ ਸਰ, ਪੀ ਟੀ ਓਵਰਆਲ ਨੇ ਕਿਹਾ ਵੀ ਅਪਲਾਈ? ਯੈਸ ਅਫਕੋਰਸ ਲਵਜੀਤ, ਤਾਂ ਹੀ ਤੁਹਾਨੂੰ ਯੈਸ ਕਹੀ ਸੀ। 2018 ਪਾਸਆਊਟ ਬੀ ਬੀ ਏ ਹੈ, ਤੁਹਾਡੇ 6 ਪੁਆਇੰਟ ਓਵਰਆਲ ਹੈ, ਯੂ ਕੈਨ ਅਪਲਾਈ ਫੋਰ ਆਸਟ੍ਰੇਲੀਆ, ਯੂ ਕੈਨ ਅਪਲਾਈ ਫੋਰ ਨਿਊਜ਼ੀਲੈਂਡ, ਯੂ ਕੈਨ ਅਪਲਾਈ ਫੋਰ ਯੂਕੇ, ਯੂ ਕੈਨ ਅਪਲਾਈ ਫੋਰ ਨਿਊਜ਼ੀਲੈਂਡ, ਯੂ ਕੈਨ ਅਪਲਾਈ ਫੋਰ ਯੂਰਪ। ਸੋ ਇਹਨਾਂ ਕਿਸੇ ਵੀ ਕੰਟਰੀ 'ਚ ਅਪਲਾਈ ਕੀਤਾ ਜਾ ਸਕਦਾ। ਤੁਹਾਡੀ ਬਜਟ ਦੀ ਜੇਬ ਹੈ, ਉਹ ਕੀ ਅਲਾਓ ਕਰਦੀ, ਤੁਸੀਂ ਇੱਕ ਵਾਰ ਆ ਕੇ ਸਲਾਹ ਮਸ਼ਵਰਾ ਮੇਰੇ ਨਾਲ ਕਰ ਸਕਦੇ ਹੋ। ਪ੍ਰਵੀਨ, ਵਿਦਾਊਟ ਆਇਲਟਸ ਸਰ ਆਸਟ੍ਰੇਲੀਆ ਦਾ ਵੀਜ਼ਾ ਲੱਗ ਸਕਦਾ? ਨਹੀਂ ਬਿਲਕੁਲ ਨਹੀਂ, ਸੋਰੀ, ਹੱਜ ਵਾਲਾ ਭਰਾਵਾ, ਵਿਦਾਊਟ ਆਇਲਟਸ ਦੇ 5.5 ਦੇ ਵੀਜ਼ੇ ਉਹਨੂੰ ਲਾਲੇ ਪਏ, ਤੁਸੀਂ ਵਿਦਾਊਟ ਆਇਲਸ ਨੂੰ ਪ੍ਰਮੋਟ ਕਰਨ ਦਿਓ। ਸੋਰੀ ਭਾਅ ਜੀ, ਵਿਦਾਊਟ ਆਇਲਸ ਨਹੀਂ ਹੈ। ਗੁਰਮੁਖ ਸਿੰਘ, ਗੁਰੂ ਐਸ ਔਲਖ, ਸਰ ਮੈਨੂੰ ਕਿਹਾ ਗਿਆ ਕਿ ਪਾਸਪੋਰਟ 'ਤੇ ਨੇਮ ਚੜ੍ਹਾਉਣ ਨਾਲ ਵੀਜ਼ਾ ਲੱਗਣ ਦੇ ਘੱਟ ਚਾਂਸ ਹੋ ਜਾਂਦੇ ਆ। ਚਲੋ ਜੀ, ਜਿਸ ਬੰਦੇ ਨੇ ਤੁਹਾਨੂੰ ਇਹ ਸਲਾਹ ਦਿੱਤੀ ਉਸ ਮਹਾਂਪੁਰਸ਼ ਨੂੰ 37 ਤੋਪਾਂ ਦੀ ਸਲਾਮੀ। ਇੱਦਾਂ ਦਾ ਕੁਛ ਨਹੀਂ ਹੈ ਵੀਰੇ, ਕਿਹੜੇ ਦੁਨੀਆ ਦੀ ਅੰਬੈਸੀ ਜਿਹੜੀ ਤੁਹਾਨੂੰ ਵਿਆਹ ਹੋਣ ਤੋਂ ਮਤਲਬ ਮਨਾ ਕਰਦੀ ਕਿ ਤੁਸੀਂ ਵਿਆਹ ਹੋਣੇ, ਮਤਲਬ ਤੁਹਾਡਾ ਵਿਆਹ ਹੋ ਗਿਆ ਤਾਂ ਤੂੰ ਮਤਲਬ ਕਲੇਮ ਕਰਤਾ ਕੋਈ? ਨਹੀਂ, ਇਟਸ ਨੋਟ ਟਰੂ ਯਾਰ, ਸਭ ਵਿਊ ਰਿਊਮਰ ਨੇ, ਸਭ ਅਫਵਾਹਾਂ ਨੇ। ਅਮਰਦੀਪ ਸਿੰਘ ਸਰ, ਵੀਜ਼ਾ ਲੱਗ ਜਾਏਗਾ? ਵੀਜ਼ਾ ਤਾਂ ਯਾਰ ਵੀਜ਼ਾ ਆਫਸਰ ਨੂੰ ਹੋਣਾ, ਬਟ ਜੇ ਪ੍ਰੋਫਾਈਲ ਜਿੱਦਾਂ ਦੱਸੀ ਹੈ ਉੱਦਾਂ ਦੀ, ਜੇ ਤੁਸੀਂ ਡਾਕੂਮੈਂਟ ਪੂਰੇ ਰੈਡੀ ਕਰਦੇ ਹੋ ਤਾਂ ਡੈਫੀਨੇਟਲੀ ਯੈਸ ਲੱਗ ਜਾਏਗਾ। ਲਵਜੀਤ ਸਿੰਘ, ਜੈਨੂਇਨ ਕੰਸਲਟੈਂਟ ਐਂਡ ਬੈਸਟ ਕੰਸਲਟੈਂਟ, ਥੈਂਕ ਯੂ ਜੀ। ਵਿੱਚ ਇੱਕ ਬੰਦਾ ਸੀ ਜਿਹਨੇ ਫੇਕ ਲਿਖਿਆ, ਬਟ ਉਹਨੂੰ ਆਪਣੇ ਨੂੰ ਵਿਚਾਰੇ ਨੂੰ ਫੇਕ ਅਤੇ ਸਪੈਲਿੰਗ ਲਿਖਣੀ ਆਉਂਦੇ ਸੀ, ਉਹਨੂੰ ਸੋਚੋ ਵੀ ਕਿਹੜੀ ਮੈਸੇਜ ਚੱਲੇਗੀ। ਅਮਰਦੀਪ ਸਿੰਘ, ਪਲੀਜ਼ ਸਰ ਜੀ ਵੀਜ਼ਾ ਲੱਗ ਜੂ। ਅਮਰਦੀਪ ਸਿੰਘ ਜੀ, ਆਈ ਐਮ ਨੋਟ ਆ ਵੀਜ਼ਾ ਆਫਿਸਰ, ਪਲੀਜ਼ ਜੇ ਕੋਈ ਜੈਨੂਇਨ ਐਡਵਾਈਸ ਚਾਹੀਦੀ ਹੈ, ਆਪਣੇ ਆਫਿਸ, ਜਿਹੜੇ ਮੇਰੇ ਆਫਿਸ ਵਿਜ਼ਿਟ ਕਰ ਲਓ, ਆਪਣੇ ਪੇਪਰ ਲੈ ਕੇ, ਫਿਰ ਸਲਾਹ ਦੇ ਦਾਂਗਾ ਵੀਜ਼ਾ ਲੱਗਣ ਦੇ ਕਿੰਨੇ ਪਰਸੈਂਟ ਚਾਂਸ ਨੇ, ਪ੍ਰੋਪਰ ਅਸੈਸਮੈਂਟ ਕਰਕੇ ਦੱਸ ਦਾਂਗਾ। ਹਾਂ, ਉੱਦਾਂ ਜੇ ਝੂਠੀ ਤਸੱਲੀ ਲੈਣੀ ਤਾਂ ਹਾਂ, ਲੱਗ ਜੂਗਾ, ਹੋ ਜਾਏਗਾ, ਕਰ ਦਾਂਗੇ, ਜਿੰਨੀ ਮਰਜ਼ੀ ਸੁਣ ਲਓ, ਪਰ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ, ਅਸਲ 'ਚ ਹੱਲ ਦਫ਼ਤਰ 'ਚ ਬੈਠ ਕੇ ਮਿਲ ਕੇ ਹੀ ਹੋਣਾ। ਲਾਲੀ ਧਾਲੀਵਾਲ ਸਰ, ਕੀ ਡੈਨਮਾਰਕ 'ਚ ਵੀ ਸਪਾਊਸ ਨਾਲ ਜਾਵੇਗਾ? ਬਿਲਕੁਲ ਜੀ, ਡੈਨਮਾਰਕ ਵੀ ਸਪਾਊਸ ਨਾਲ ਜਾਂਦਾ, ਉਹ 'ਚ ਜਨਵਰੀ ਟੇਕ ਅਵੇਲੇਬਲ ਆ, ਮੇਰੀ ਟੀਮ ਵਿੱਚ ਆ ਕੇ ਤੁਸੀਂ ਇੱਥੇ ਟੀਮ ਮੈਂਬਰ ਨੂੰ ਮਿਲ ਸਕਦੇ ਹੋ, ਤੁਹਾਨੂੰ ਪ੍ਰੋਪਰਲੀ ਗਾਈਡ ਕਰ ਦਾਂਗੇ ਕਿਹੜੀ ਯੂਨੀਵਰਸਿਟੀ, ਕਿਹੜੇ ਕੋਰਸ ਵਿੱਚ ਇਸ ਟਾਈਮ ਆਪਸ਼ਨ ਅਵੇਲੇਬਲ ਹੈਗੀ ਨੇ। ਅਮਰਦੀਪ ਦੁਬਾਰਾ ਕਹਿੰਦੇ ਨੇ ਸਰ, ਯੂਕੇ ਤੋਂ ਆਸਟ੍ਰੇਲੀਆ ਜਾਣਾ ਈਜ਼ੀ ਆ ਸਟੱਡੀ ਵੀਜ਼ਾ 'ਤੇ, ਵੀਜ਼ਾ 'ਤੇ ਐਂਡ ਸਰ ਆਇਲਟਸ ਦਾ ਫਿਰ ਲੋੜ ਆ? ਨਹੀਂ, ਯੂਕੇ ਤੋਂ ਜੇ ਤੁਸੀਂ ਆਸਟ੍ਰੇਲੀਆ ਜਾਣਾ, ਫਿਰ ਆਇਲਟਸ ਦੀ ਲੋੜ ਨਹੀਂ ਪੈਂਦੀ ਦੋਸਤੋ। ਜੇ ਤੁਸੀਂ ਯੂਕੇ 'ਚ ਡਿਗਰੀ ਕੰਪਲੀਟ ਕੀਤੀ ਹੈ, ਇਟ ਮੀਨਸ ਤੁਸੀਂ ਇੰਗਲਿਸ਼ ਵਿੱਚ ਪੜ੍ਹੇ ਹੋ, ਇੰਗਲਿਸ਼ 'ਚ ਤੁਹਾਡੀ ਕਮਿਊਨੀਕੇਸ਼ਨ ਠੀਕ ਹੈ, ਉਸ ਡਿਗਰੀ ਦੇ ਬੇਸਿਸ 'ਤੇ ਆਸਟ੍ਰੇਲੀਆ ਯੂਨੀਵਰਸਿਟੀ ਆਇਲਟਸ ਦੀ ਰਿਕਮੈਂਡ ਨਹੀਂ ਕਰਦੀ। ਫੋਰ ਐਗਜ਼ਾਮਪਲ, ਤੁਸੀਂ ਬੈਚਲਰ ਡਿਗਰੀ ਯੂਕੇ ਦੀ ਕਿਸੇ ਵਧੀਆ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ ਹੈ, ਐਂਡ ਯੂ ਵਾਂਟ ਟੂ ਗੋ ਫੋਰ ਆਸਟ੍ਰੇਲੀਆ ਫੋਰ ਮਾਸਟਰਸ ਡਿਗਰੀ, ਤੁਹਾਨੂੰ ਉੱਥੇ ਆਇਲਟਸ ਦੀ ਲੋੜ ਨਹੀਂ ਪੈਂਦੀ। ਸੋਰੀ ਸਰ, ਆਈ ਵਾਸ ਬਿਜ਼ੀ, ਕੈਨ ਯੂ ਗਿਵ ਅਗੇਨ ਇਨਫੋਰਮੇਸ਼ਨ ਟੂ ਮੀ? ਸਾਹਿਲ, ਮੈਂ ਆਲਰੇਡੀ ਦੇ ਚੁੱਕਿਆ, ਤੁਸੀਂ ਪਲੀਜ਼ ਰਿਵਾਈਂਡ ਕਰਕੇ ਵੀਡੀਓ ਸੁਣ ਲਿਓ, ਮੈਨੂੰ ਤੁਹਾਡਾ ਸਵਾਲ ਹੀ ਭੁੱਲ ਗਿਆ ਤੁਸੀਂ ਕੀ ਪੁੱਛਿਆ ਸੀਗਾ, ਜੋ ਮੈਂ ਫੇਸਬੁੱਕ 'ਤੇ ਅਪਲੋਡ ਕਰਦਾਂ ਵੀਡੀਓ, ਤੁਸੀਂ ਫਿਰ ਰਿਵਾਈਂਡ ਕਰਕੇ ਸੁਣ ਲੈਣਾ। ਪ੍ਰਵੀਨ ਖੱਕਰ ਕਹਿ ਰਹੇ ਸਰ, ਆਈ ਐਮ ਅਪਲਾਈ ਹਰ ਵੀਡੀਓ ਦੇਖ ਆਪ ਕੀ? ਓਕੇ, ਸੋਰੀ,
माय मिस्टेक, आपकी हर वीडियो देखता हूँ, शेयर करता हूँ, बहुत टॉप वीडियो बनाते हो सर, सच बोलते हो सर, लव यू। थैंक यू प्रवीण खत्तर जी, थैंक यू सो वेरी मच फॉर योर प्रेजिंग वर्ड्स। हुण इदां दे लोकां करके मेरी ऑक्सीजन होर ज़्यादा वध जांदी, मेरे अंदर वो होर ज़्यादा इंस्पीरेशन भी मिलती कि मैं लोगों लई चंगा बोलना, चंगा कुछ दसा। बट फिर भी हाले जिहड़े फेक आइडिया वाले लोग ना, जिहड़े कंपीटीटर जिन्हां नूं मिर्चां लगदियां, वह नहीं हटते पुठे सीधे कमेंट करना, तो मैं भी डिलीट नहीं करता, मैं भी मैसेज जरूर पढ़ता उन्होंने कि चलो लेंदे मजे लैण, तो जो मेरी दो गल्लां करन वाला अगला खुश हुंदा किसी के खून वधदा तो वधदा वधाउणा चाहिए। तो जे किसी ने मैनूं फेक कह भी दिता, चोर कह भी दिता, ठग कह भी दिता, किसी के कहना की बनना। कोई बंदा मैं कह दूगा तू इंडिया का प्रधानमंत्री, तो कहना कि मैं प्रधानमंत्री बन जाऊंगा। सो किसी के कहना कुछ नहीं हुंदा, तुहाडे अपने कर्मों का सब कुछ जो है वह सामने हुंदा। थैंक यू प्रवीण जी, थैंक यू फॉर योर वंडरफुल वर्ड्स। गुरु एस सोलख, थैंक यू सो मच, थैंक यू गुरु जी। रणजीत सिंह लुधियाना, ड्राइवर वर्क कैनेडा बारे दसो जी। जे गल्फ कंट्री का एक्सपीरियंस है डियर, तो तुम मेरे नंबर से संपर्क करके 70509 70509 से कॉल करके दफ्तर आके विजिट कर सकते हो। साढ़े पिंड बैंड सॉरी साढ़े चार बैंड की रिक्वायरमेंट है जलंधर इंडिया ऑफिस, तो वर्क परमिट नहीं करते प्रमोट डील, मेरे कैनेडा के ऑफिस राबता कायम करवा दिता जाएगा, तुम उन्होंने सीधी गलबात कर सकते हो। जिमी हज़ारा, 1 जुलाई यूके, साढ़े 1 जुलाई अच्छे कैनेडा डे है यार। लाइट गॉन, रुकावट के लिए खेद है। 1 जुलाई यूके गवर्नमेंट अपडेट, न्यू स्पॉन्सर लिस्ट फॉर न्यू कॉलेजेस एंड प्राइवेट इंस्टीट्यूशन। सर थोड़ा की विचार है इस बारे? प्राइवेट इंस्टीट्यूट तो कदम नहीं जाना चाहिए जी। जिमी हज़ारा जी, मैं भी कह के हटिया जी, हूँ अब बिल्कुल सही कह जी, 1 जुलाई नवी लिस्ट अपडेट, कल रात अपडेट हो गई 12 बजे। सो उद बथेरे प्राइवेट कॉलेज हूँ लिस्ट में उड़ गए हो गए। सो जी यूनिवर्सिटीज़ ने गवर्नमेंट हमेशा सर्वाइव कर दियाँ ने। सो जे पढ़न जाना यूके, तो केवल यूनिवर्सिटी पढ़न जाओ, डिग्री पढ़न जाओ, तो कि तुम पार्ट टाइम 20 घंटे काम करने की परमिशन मिल सके और बाद भी अगर रस्ता सौखा हो सके। प्राइवेट कॉलेज मैं रिकमेंड नहीं करा कभी। राजा कलेर सर, 5 बैंड तो हो सकता कैनेडा का शेफ का शेफ ली नहीं दोस्त, शेफ ली घट्टो घट्ट 5.5 बैंड की रिक्वायरमेंट है ओवरऑल जनरल कैटेगरी में, एंड 2 साल का एक्सपीरियंस चाहिए। सर तुम भी अपना शुरू दसो डीयर। कल मेरी थोड़ी बहुत होर एक दो कमिटमेंट्स है, बट फिर भी तुम ऑफिस आके अपना केस जलंधर तो जू शुरू कर सकते हो। मैं है कल लोकल ही हाँ, जो तुम 11 साढ़े 11 बजे आ जाते हो तो मैं तुम्हें डेफिनेटली आप मिल के केस शुरू कर दाँगा। अगर लेट आते हो तो मेरे इतने ब्रांच हैड में मिल के अपना केस शुरू किया जा सकता, जो गलबात रह गई हो तो मैंने फोन पर गलबात की जा सकती। लवजीत सिंह कह रहे हो मैं अपने भगता फेक आई डी वाले अन्ने भगता फेक आई डी वाले नहीं यार, इदा नहीं कहना वीरे, रब उन्होंने सारे समत बख्शे बुद्धि बख्शे, कोई गल नहीं यार। कोई लवजीत सिंह थैंक यू तेरे प्यार का, बट कोई फर्क नहीं पैंता किसी के कहना, कोई गल नहीं, जो फेक कहते कह लो यार की फर्क पैंता, जो मैं करदा ताड़े वर्गे लोगों को पता मैं की करदा, तो मैं ताड़े वर्गे लोगों को भी खुश करना, मैं वही फेक आई डी वाले को खुश करने की लड़ भी नहीं हैगी। प्रवीण कहते जी मिलने की सोचता हूँ सर आपसे, मौका ही नहीं मिलता। मोस्ट वेलकम सर, जी आया एनी टाइम जो मर्जी ऑफिस आके मिल सकते हो, बट एक दिन पहले अपॉइंटमेंट जरूर ले लो ताकि मेरी अवेलेबिलिटी पता लग सके कि मैं उस ऑफिस अवेलेबल हाँ या नहीं हाँ। 7050970509 नंबर पर कॉल की जा सकती है जो तुम मेरे अपॉइंटमेंट लैके मिलना चाहते हो। शकीर ऐसा, चेंज योर टाइटल टू इंडियन वीज़ा इमीग्रेशन। मैं समझा नहीं शकीर तेरा मैसेज की कहना चाहते हो। गोपी सिद्धू सर, कैनेडा में तो प्राइवेट कॉलेज कर सकते हैं या नहीं? बिल्कुल कर सकते हो कैनेडा में प्राइवेट कॉलेज में, क्योंकि उन्होंने जोड़े कॉलेज को DLI नंबर है उन्होंने पढ़न जाने लिए केस लगाने लिए कोई समस्या नहीं, तुम बिल्कुल कर सकते हो। बट इस गल का ख्याल रख लो कि कॉलेज की बैकग्राउंड चैक करनी जरूर जरूरी है। असं भी कुछ एक प्राइवेट कॉलेज प्रमोट करते हैं बट सारे नहीं करते, तकरीबन 3000 तो उपर कॉलेज है, उन्होंने सिर्फ असं गिनती 10-15 कॉलेज ही प्रमोट करते हैं। सो जे प्राइवेट कॉलेज बारे डिटेल सलाह लैनी हो रिकॉर्ड की है पिछले 10 साल का और हिस्टरी की है तो तुम मैं गाइड कर सकता। रणजीत सिंह, आई एम ऑलरेडी वर्किंग इन कुवैत सर एंड हैव 7 ईयर एक्सपीरियंस एज अ हैवी ड्राइवर। बहुत अच्छी गल है, कुवैत तुहाडे कोल है तां डियर, मैं तुहानूं उत्थे दा नंबर ही दे दांगा, तुसीं काइंडली मेरे नंबर ते मैनूं संपर्क कर लो 70509 70509 इस नंबर ते कॉल करके तुसीं मेरे नाल गलबात कर सकदे हो। मैं तुहाडा अपना CV मैनूं व्हाट्सएप जरूर करा दिओ मेरे नंबर ते, मेरी टीम नूं बोल के मैं तुहानूं डायरैक्टली कैनेडा दे ऑफिस तों कॉल करवा दांगा। एंड डेफिनेटली यू कैन अपलाई फॉर वर्क परमिट, बट तुहाडे आइल्स विचों 4.5 बैंड होने लाजमी है जनरल कैटेगरी, जो कोशिश 5 बैंड की करो, नहीं 4.5 बैंड तुसीं उत्थे बैठे बैठे केस लगा के तुहानूं सीधा वर्क परमिट एंड PR का रस्ता दस्या जा सकता है। सो अज लई
लाइव सैशन की मेरे ख्याल बहुत टाइम हो गया क्लीयर सारे लोगों के सवालों जवाब दे चुका जे तुहाडा कोई होर सवाल हो वीडियो नो लाइव नहीं वेख सके लेट वेख रहे हो तो अपना कॉन्टैक्ट नंबर मैं इनबॉक्स कर दौ या कमेंट बॉक्स कर दौ इस लाइव सैशन तो बाद जो भी मैं नंबर देखागा डेफिनेटली तुम्हें खुद कॉल करके तुम सलाह देने की कोशिश करा अगले हफ्ते फिर एक नवे टॉपिक तुम जुड़ा ऑस्ट्रेलिया नर्सिस लिए बड़ी वधिया इनफॉर्मेशन दी अज मैं इस वीडियो के वीडियो चंगी लगी तो लोगों तक शेयर जरूर कर दो कैनेडा सितंबर इनटेक वाले जो कैनेडा पढ़ने जाना चाहते हैं एक बार दो बार रिफ्यूज हो चुके हैं ओवरऑल छे बैंड किसी एक चो साढ़े पांच रह गए उन्होंने सुनहरी मौका है सितंबर इनटेक पढ़ने जाने लिए अज की इनफॉर्मेशन इन्नी अगले हफ्ते फिर मंडे में चार तो पांच लाइव होकर एक नवी इनफॉर्मेशन तुहाडे नाल हाजिर होऊंगा सारे एक बार फिर मेरे वालों प्यार प्रीत सत श्री अकाल थैंक यू सो वेरी मच टेक केयर रब रखा।